ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਦੋਸਤੋ, ਇਸ ਵੀਡੀਓ ਦੇ ਵਿੱਚ ਆਪਾਂ 2019 ਦੇ ਵਿੱਚ ਜਿਹੜੇ ਲੋਕ ਸਭਾ ਦੇ ਚੁਣਾਵ ਹੋਏ ਨੇ ਆਪਾਂ ਉਹਦਾ ਅਨੈਲਿਸਿਸ ਕਰਨਾ ਹੈ, ਤੇ ਇਸ ਤੋਂ ਇਲਾਵਾ ਜਿਹੜੇ ਵੀ ਇਲੈਕਸ਼ਨ ਨਾਲ ਰਿਲੇਟਡ ਇੰਪੋਰਟੈਂਟ ਟਰਮਸ ਹੁੰਦੀਆਂ ਨੇ ਆਪਾਂ ਉਹ ਸਾਰੀਆਂ ਟਰਮਸ ਨੂੰ ਸਟੈਪ ਬਾਏ ਸਟੈਪ ਐਨਾਲਾਈਜ਼ ਕਰਨਾ ਹੈ। ਠੀਕ ਹੈ, ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੈਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਬੈਕਗ੍ਰਾਉਂਡ 'ਚ ਜਾਣਾ ਪਊਗਾ। ਆਪਾਂ ਨੂੰ ਪਹਿਲਾਂ ਇਹ ਦੇਖਣਾ ਪਊਗਾ ਵੀ ਪਹਿਲੀ ਵਾਰ ਇੰਡੀਆ ਦੇ ਵਿੱਚ ਇੰਡੀਪੈਂਡੈਂਸ ਤੋਂ ਬਾਅਦ ਇਲੈਕਸ਼ਨ ਕਿਵੇਂ ਹੋਏ ਤੇ ਪਹਿਲੀ ਲੋਕ ਸਭਾ ਸੀਗੀ ਜਿਹੜੀ ਉਹ ਕਿਵੇਂ ਕੰਸਟੀਟਿਊਟ ਹੋਈ। ਦੇਖੋ, ਆਪਣਾ ਦੇਸ਼ ਜਦੋਂ 1947 ਦੇ ਵਿੱਚ ਆਜ਼ਾਦ ਹੋਇਆ ਉਦੋਂ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਇਨਸਟੇਬਿਲਿਟੀ ਸੀਗੀ। ਠੀਕ ਹੈ, ਬਹੁਤ ਹੀ ਮਾੜੇ ਹਾਲਾਤ ਸੀਗੇ ਆਪਣੇ ਇੰਡੀਆ ਦੇ। ਗਰੀਬੀ ਸੀਗੀ, ਇਲਿਟਰੇਸੀ ਸੀਗੀ, ਅਨਪੜ੍ਹਤਾ ਸੀਗੀ, ਹੋਰ ਵੀ ਕਈ ਕਾਰਨ ਸੀਗੇ। ਠੀਕ ਹੈ, ਤੇ 1946 ਦੇ ਵਿੱਚ ਇੰਟਰੀਮ ਗੌਰਮੈਂਟ ਤਾਂ ਆਪਣੇ ਇੰਡੀਆ ਦੇ ਵਿੱਚ ਬਣ ਗਈ ਸੀ, ਬਟ ਇੰਡੀਪੈਂਡੈਂਸ ਤੋਂ ਬਾਅਦ ਇੱਕ ਮਤਲਬ ਡੈਮੋਕ੍ਰੇਸੀ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਦੀ ਬਹੁਤ ਹੀ ਜ਼ਿਆਦਾ ਅਰਜੈਂਟ ਨੀਡ ਸੀਗੀ ਆਪਣੇ ਇੰਡੀਆ ਨੂੰ। ਠੀਕ ਹੈ, ਤੇ ਇਹ ਚੈਲੰਜ ਆਪਣੇ ਇੰਡੀਆ ਦੇ ਇਹ ਚੈਲੰਜ ਨੂੰ ਦੇਖਦੇ ਹੋਏ ਜਿੰਨੇ ਵੀ ਵਰਲਡ ਦੇ ਡਿਫਰੈਂਟ ਲੀਡਰ ਸੀਗੇ ਉਹ ਸਾਰੇ ਆਪਸ ਦੇ ਵਿੱਚ ਡਿਬੇਟ ਕਰਨ ਲੱਗੇ ਵੀ ਆਪਣੀ ਇੰਡੀਆ ਜਿਹੜੀ ਐਡੀ ਵੱਡੀ ਕੰਟਰੀ ਹੈਗੀ ਇਹਦੇ ਵਿੱਚ ਡੈਮੋਕ੍ਰੇਸੀ ਇਹ ਕਿਵੇਂ ਐਸਟੈਬਲਿਸ਼ ਕਰਨਗੇ। ਜੋ ਮਤਲਬ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਸੀਗੀਆਂ ਉਹਨਾਂ ਦੇ ਹਿਸਾਬ ਨਾਲ, ਪਰ ਕਰਨੀਆਂ ਬਹੁਤ ਔਖੀਆਂ ਸੀਗੀਆਂ। ਉਹਨਾਂ ਦਾ ਇਹ ਤਰਕ ਕਿਉਂ ਸੀਗਾ, ਕਿਉਂ ਦਿੱਤਾ ਸੀ ਉਹਨਾਂ ਨੇ, ਕਿਉਂਕਿ ਜਦੋਂ ਵੀ ਮਤਲਬ ਜਿਹੜੇ ਵੀ ਮਤਲਬ ਜਦੋਂ ਕਲੋਨਲਾਈਜੇਸ਼ਨ ਸੀਗੀ ਅੰਗਰੇਜ਼ਾਂ ਦੇ ਚੰਗੁਲ 'ਚ ਜਿਹੜੇ ਵੀ ਦੇਸ਼ ਸੀਗੇ ਉਹ ਸਾਰੇ ਜਦੋਂ ਆਜ਼ਾਦ ਹੋਏ ਵਰਲਡ ਵਾਰ 2 ਤੋਂ ਬਾਅਦ, ਮਤਲਬ ਜਦੋਂ UN ਐਸਟੈਬਲਿਸ਼ ਹੋਇਆ ਸੀਗਾ ਉਹ ਤੋਂ ਬਾਅਦ ਸਾਰੇ ਜਿਹੜੇ ਮਤਲਬ ਅੰਗਰੇਜ਼ਾਂ ਨੇ ਸਾਥ ਜਿਹੜੇ ਵੀ ਕੰਟਰੀਜ਼ ਨੂੰ ਆਪਣੇ ਗੁਲਾਮ ਬਣਾਇਆ ਸੀਗਾ ਉਹ ਸਾਰਿਆਂ ਨੂੰ ਆਜ਼ਾਦ ਕਰਨਾ ਪਿਆ। ਤੇ ਇੱਕ ਗੱਲ ਦੇਖੀ ਗਈ ਸੀਗੀ ਵੀ ਉਹਨਾਂ 'ਚੋਂ ਬਹੁਤ ਹੀ ਜ਼ਿਆਦਾ ਜਿਹੜੀ ਮੋਸਟ ਕੰਟਰੀ ਸੀਗੀਆਂ ਉਹ ਸਾਰਿਆਂ ਦੇ ਵਿੱਚ ਨੋਨ ਡੈਮੋਕ੍ਰੇਸੀ ਸੀਗੀ, ਜ਼ਿਆਦਾਤਰ ਬਹੁਤ ਹੀ ਘੱਟ ਕੰਟਰੀਜ਼ ਦੇ ਵਿੱਚ ਹੀ ਡੈਮੋਕ੍ਰੇਸੀ ਸੀਗੀ। ਬਟ ਆਪਣੇ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਐਸਟੈਬਲਿਸ਼ ਹੋਈ ਤੇ ਆਪਾਂ ਨੇ ਇਹ ਪ੍ਰੂਵ ਕਰਕੇ ਦਿਖਾਇਆ ਵੀ ਆਪਾਂ ਇੱਕ ਵਧੀਆ ਡੈਮੋਕ੍ਰੇਸੀ ਹਾਂ। ਆਪਣਾ ਸੰਵਿਧਾਨ ਕੰਸਟੀਟਿਊਸ਼ਨ 26 ਨਵੰਬਰ 1949 ਨੂੰ ਅਡਾਪਟ ਹੋਇਆ ਸੀਗਾ ਤੇ 26 ਜਨਵਰੀ 1950 ਨੂੰ ਇਹ ਇੰਪਲੀਮੈਂਟ ਹੋਇਆ ਸੀਗਾ। ਤੇ ਆਪਣੇ ਜਿਹੜਾ ਸੰਵਿਧਾਨ ਦੇ ਵਿੱਚ ਪ੍ਰੀਐਂਬਲ ਹੈਗਾ ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਹੈਗੀ ਵੀ ਇੰਡੀਆ ਇਜ਼ ਏ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਤੇ ਰਿਪਬਲਿਕ। ਠੀਕ ਹੈ, ਇਹ 5 ਗੱਲਾਂ ਪ੍ਰੀਐਂਬਲ ਦੇ ਵਿੱਚ ਲਿਖੀਆਂ ਗਈਆਂ ਸੀਗੀਆਂ। ਹੁਣ ਜਿਹੜੀ ਇਹ ਡੈਮੋਕ੍ਰੈਟਿਕ ਰਿਪਬਲਿਕ ਗੱਲ ਸੀਗੀ ਇਹਦੀ ਮਤਲਬ ਇਹ ਗੱਲ ਨੂੰ ਪੂਰੀ ਕਰਨ ਦੇ ਲਈ ਆਪਾਂ ਨੂੰ ਇਲੈਕਸ਼ਨ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਨੇ ਪੈਂਦੇ ਸੀਗੇ ਨਾ, ਤਾਂ ਹੀ ਪ੍ਰੈਂਬਲ ਦੀ ਜਿਹੜੀ ਇਹ ਗੱਲ ਲਿਖੀ ਸੀਗੀ ਤਾਂ ਹੀ ਇਹ ਪੂਰੀ ਹੋਣੀ ਸੀਗੀ। ਸੋ 25 ਜਨਵਰੀ 1950 ਦੇ ਵਿੱਚ ਆਪਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਸਟੈਬਲਿਸ਼ ਕਰਿਆ ਤੇ ਸੂ ਕੁਮਾਰ ਸੈਨ ਸੀਗੇ ਜਿਹੜੇ ਉਹ ਪਹਿਲੇ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਬਣੇ। ਹੁਣ ਦੇਸ਼ ਤਾਂ ਆਪਣਾ 1947 ਦੇ ਵਿੱਚ ਆਜ਼ਾਦ ਹੋ ਗਿਆ, ਉਦੋਂ ਨਹਿਰੂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ, ਪਰ ਉਹਨਾਂ ਨੇ ਨਾ ਜਿਹੜੇ ਇਲੈਕਸ਼ਨ ਕਮਿਸ਼ਨਰ ਸੀਗੇ ਪਹਿਲੇ ਆਪਣੇ ਉਹਨਾਂ ਨੂੰ ਮਤਲਬ ਪ੍ਰੈਸ਼ਰਾਈਜ਼ ਕਰਿਆ ਸੂ ਕੁਮਾਰ ਸੈਨ ਨੂੰ ਵੀ ਭਾਈ ਛੇਤੀ ਤੋਂ ਛੇਤੀ ਇਲੈਕਸ਼ਨ ਕਰਾ। ਪਰ ਜਿਹੜੇ ਇਲੈਕਸ਼ਨ ਇਹ ਗੱਲਾਂ ਕਹਿਣੀਆਂ ਸੌਖੀਆਂ ਸੀਗੀਆਂ ਬਹੁਤ ਪਤਲ ਇਹ, ਪਰ ਇੱਕ ਆਪਦੇ ਆਪ 'ਚ ਬਹੁਤ ਡਿਫੀਕਲਟ ਟਾਸਕ ਸੀਗਾ ਇਲੈਕਸ਼ਨ ਕਰਵਾਉਣੀਆਂ, ਤਾਂ ਕਰਕੇ ਆਪਾਂ ਨੂੰ 5 ਸਾਲ ਲੱਗ ਗਏ 1947 ਤੋਂ ਬਾਅਦ 1951-52 ਦੇ ਵਿੱਚ ਜਾ ਕੇ ਵੋਟਾਂ ਹੋਈਆਂ ਸੀਗੀਆਂ। ਉਹ ਕੀ ਕਾਰਨ ਸੀਗੇ, ਉਹ ਕਿਹੜੀਆਂ ਡਿਫੀਕਲਟੀ ਸੀਗੀਆਂ ਜਿਹਦੇ ਕਰਕੇ ਇਲੈਕਸ਼ਨ ਇੰਨੀ ਲੇਟ ਹੋਏ, ਉਹ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ। ਦੇਖੋ, ਪਹਿਲੀ ਗੱਲ ਇੰਡੀਆ ਨੇ ਮਤਲਬ ਡਿਸਾਈਡ ਕਰਿਆ ਸੀਗਾ ਵੀ ਦੇਖੋ ਮਤਲਬ UN ਅਸਟੈਬਲਿਸ਼ ਹੋਣ ਤੋਂ ਬਾਅਦ ਜਿਹੜੀਆਂ ਕੰਟਰੀਜ਼ ਆਜ਼ਾਦ ਹੋਈਆਂ, ਠੀਕ ਹੈ, ਉਹਨਾਂ 'ਚੋਂ ਕਈ ਕੰਟਰੀਜ਼ ਇੰਕਲੂਡਿੰਗ ਯੂਰੋਪੀਅਨ ਕੰਟਰੀ ਸੀਗੀਆਂ ਕਈ, ਉਹਨਾਂ ਨੇ ਹਜੇ ਤੱਕ ਵੂਮੈਨਸ ਨੂੰ ਮਤਲਬ ਔਰਤਾਂ ਨੂੰ ਵੋਟ ਕਰਨ ਦਾ ਅਧਿਕਾਰ ਦਿੱਤਾ ਨਹੀਂ ਸੀਗਾ। ਪਰ ਇੰਡੀਆ ਨੇ ਇਹ ਡਿਸਾਈਡ ਕਰਿਆ ਵੀ ਆਪਾਂ ਹਰੇਕ ਨੂੰ ਯੂਨੀਵਰਸਲ ਅਡਲਟ ਫਰੈਂਚਾਈਜ਼ ਦੇਵਾਂਗੇ ਤੇ ਵੂਮੈਨ ਨੂੰ ਵੀ ਇਕੁਅਲੀ ਵੋਟ ਕਰਨ ਦਾ ਅਧਿਕਾਰ ਦਿੱਤਾ ਜਾਊਗਾ। ਠੀਕ ਹੈ, ਬਹੁਤ ਵੱਡੀ ਗੱਲ ਸੀਗੀ ਇੰਡੀਆ ਲਈ ਇਹ। ਸੋ ਇਹ ਕਰਨਾ ਵੀ ਮਤਲਬ ਔਖਾ ਸੀਗਾ। ਉਸ ਤੋਂ ਇਲਾਵਾ ਵੋਟਾਂ ਦੇ ਲਈ ਇਲੈਕਟੋਰਲ ਰੋਲ ਸੀਗੇ ਜਿਹੜੇ ਉਹ ਪ੍ਰੀਪੇਅਰ ਕਰਨੇ ਸੀਗੇ, ਠੀਕ ਹੈ, ਉਹਨਾਂ ਲਿਸਟ ਤਿਆਰ ਕਰਨੀ ਸੀਗੀ, ਉਹ ਆਪਦੇ ਆਪ 'ਚ ਬਹੁਤ ਮਤਲਬ ਡਿਫੀਕਲਟ ਟਾਸਕ ਸੀਗਾ ਤੇ ਉਹਦੇ ਲਈ ਟਾਈਮ ਵੀ ਬਹੁਤ ਜ਼ਿਆਦਾ ਕੰਜ਼ਿਊਮ ਹੋਇਆ। ਠੀਕ ਹੈ, ਸੋ ਆਪਣੇ ਇਲੈਕਸ਼ਨ ਵੀ 1-2 ਵਾਰ ਪੋਸਟਪੋਨ ਹੋਏ ਸੀਗੇ। ਠੀਕ ਹੈ, ਤੇ ਉਸ ਤੋਂ ਇਲਾਵਾ ਹੁਣ ਆਪਾਂ ਵੋਟਾਂ ਦਾ ਕਰਾਉਂਦੇ ਹਾਂ, ਜਿਹੜੀ ਆਪਣੇ ਕੰਸਟੀਟਿਊਸ਼ਨ ਹੈਗੀਆਂ ਆਪਣੇ ਹਲਕੇ ਹੋ ਗਏ ਲੋਕ ਸਭਾ ਦੇ, ਹੈ ਨਾ, ਉਹਨਾਂ ਦੇ ਮਤਲਬ ਜਿਹੜੀ ਬਾਉਂਡਰੀ ਲਿਮਿਟ ਹੁੰਦੀ ਹੈ, ਡੀਲਿਮੀਨੇਸ਼ਨ ਕਹਿੰਦੇ ਹਾਂ ਜਿਹਨੂੰ ਆਪਾਂ, ਉਹਦੀ ਲਿਮਿਟ ਵੀ ਡਿਸਾਈਡ ਕਰਨੀ ਪੈਂਦੀ ਨਾ ਇਲੈਕਸ਼ਨ ਕਮਿਸ਼ਨ ਵੱਲੋਂ। ਉਦੋਂ ਤਾਂ ਕੁਝ ਵੀ ਇਹ ਜਿਹਾ ਹੁੰਦਾ ਸੀਗਾ, ਉਦੋਂ ਕੋਈ ਡੀਲਿਮੀਨੇਟੇਸ਼ਨ ਨਹੀਂ ਹੁੰਦੀ ਸੀਗੀ, ਕੋਈ ਵੀ ਮਤਲਬ ਬਾਉਂਡਰੀ ਡਿਫਾਈਨ ਨਹੀਂ ਹੁੰਦੀ ਸੀਗੀ ਉਦੋਂ। ਸੋ ਪਹਿਲਾਂ ਬਾਉਂਡਰੀਜ਼ ਨੂੰ ਡਿਫਾਈਨ ਕਰਿਆ ਗਿਆ, ਉਹਦੇ ਲਈ ਵੀ ਕਾਫੀ ਜ਼ਿਆਦਾ ਮਤਲਬ ਟਾਈਮ ਲੱਗਾ ਤੇ ਉਹ ਵੀ ਇੱਕ ਡਿਫਿਕਲਟ ਟਾਸਕ ਸੀਗਾ। ਤੇ ਉਸ ਤੋਂ ਇਲਾਵਾ ਜਦੋਂ ਪਹਿਲੀ ਵਾਰ ਮਤਲਬ ਇਲੈਕਟੋਰਲ ਰੋਲਸ ਦਾ ਡਰਾਫਟ ਤਿਆਰ ਕਰਿਆ ਗਿਆ, ਉਦੋਂ ਇਹ ਗੱਲ ਪਾਈ ਗਈ ਵੀ 40 ਲੱਖ ਜਿਹੜੀਆਂ ਔਰਤਾਂ ਨੇਗੀਆਂ ਉਹਨਾਂ ਦਾ ਨਾਮ ਤਾਂ ਲਿਸਟ ਦੇ ਵਿੱਚ ਹੈ ਹੀ ਨਹੀਂ। ਠੀਕ ਹੈ, ਉਦੋਂ ਔਰਥੋਡੋਕਸੀ ਸੀਗੀ ਆਪਣੇ ਇੰਡੀਆ ਦੇ ਵਿੱਚ ਵੈਸੇ ਬੇਸਿਕਲੀ, ਕਿਉਂਕਿ ਆਪਣੇ ਔਰਤਾਂ ਸੀਗੀਆਂ ਜਿਹੜੀਆਂ ਉਹ ਆਪਣਾ ਨਾਮ ਨਹੀਂ ਲਿਖਦੇ ਸੀਗੇ, ਐਂ ਲਿਖਿਆ ਜਾਂਦਾ ਸੀਗਾ ਵੀ ਡਾਟਰ ਆਫ ਫਲਾਣਾ ਸਿੰਘ ਤੇ ਮਤਲਬ ਵਾਈਫ ਆਫ ਫਲਾਣਾ। ਸੋ ਤਾਂ ਕਰਕੇ ਇਲੈਕਸ਼ਨ ਕਮਿਸ਼ਨ ਨੇ ਜਿਹੜੀਆਂ ਇਹ ਐਂਟਰੀ ਸੀਗੀਆਂ ਔਰਤਾਂ ਦੀਆਂ ਇਹਨਾਂ ਨੂੰ ਰਿਜੈਕਟ ਕਰਤਾ ਸੀਗਾ, ਕਿਉਂਕਿ ਐਵੇਂ ਤਾਂ ਆਪਾਂ ਵੋਟਾਂ ਪਵਾ ਨਹੀਂ ਸਕਦੇ ਸੀਗੇ, ਤਾਂ ਕਰਕੇ ਦੁਬਾਰ ਤੋਂ ਲਿਸਟ ਪ੍ਰਿਪੇਅਰ ਹੋਈ। ਇਹ ਸਭ ਡਿਫੀਕਲਟੀ ਸੀਗੀਆਂ। ਠੀਕ ਹੈ, ਤੇ ਉਸ ਤੋਂ ਇਲਾਵਾ
ਉਦੋਂ ਆਪਣੇ ਦੇਸ਼ ਦੇ ਵਿੱਚ 85% ਜਿਹੜੀ ਪਾਪੂਲੇਸ਼ਨ ਸੀਗੀ ਉਹ ਅਨਪੜ੍ਹ ਸੀਗੀ, ਇਲੀਟਰੇਟ ਪਾਪੂਲੇਸ਼ਨ ਸੀਗੀ। ਉਹਨਾਂ ਨੂੰ ਪਤਾ ਨਹੀਂ ਸੀਗਾ ਵੋਟਾਂ ਦਾ ਵੀ ਕਿਵੇਂ ਪਾਉਣੀਆਂ ਨੇ ਆਪਾਂ, ਕਿਵੇਂ ਮਤਲਬ ਆਪਣੇ ਲੀਡਰ ਨੂੰ ਜਿਹੜੀ ਉਹ ਸਿੰਪਲ ਹੈਗਾ ਉਹ ਕਿਵੇਂ ਉਹ ਕਰਨਾ। ਸੋ ਇਹ ਵੀ ਇਲੈਕਸ਼ਨ ਕਮਿਸ਼ਨ ਦੇ ਲਈ ਇੱਕ ਡਿਫਿਕਲਟ ਟਾਸਕ ਸੀਗਾ, ਵੋਟਾਂ ਨੂੰ ਆਰਗੇਨਾਈਜ਼ ਕਰਾਉਣਾ, ਠੀਕ ਹੈ, ਲੋਕਾਂ ਨੂੰ ਵੋਟਾਂ ਦੇ ਲਈ ਮਤਲਬ ਐਜੂਕੇਸ਼ਨ ਦੇਣੀ ਵੀ ਕਿਵੇਂ ਉਹਨਾਂ ਨੇ ਵੋਟ ਕਰਨੀ। ਸੋ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸਿੰਬਲ ਸੀਗੇ ਆਪਣੇ ਉਹ ਇੰਟਰੋਡਿਊਸ ਕਰੇ, ਠੀਕ ਹੈ, ਤਾਂ ਕਿ ਜਿਹੜੇ ਮਤਲਬ ਇਲੀਟਰੇਟ ਅਨਪੜ੍ਹ ਲੋਕ ਸੀਗੇ ਉਹਨਾਂ ਨੂੰ ਮਤਲਬ ਦੱਸਿਆ ਵੀ ਭਾਈ ਜਿਹਨਾਂ ਨੂੰ ਤੁਹਾਨੂੰ ਵੋਟ ਪਾਉਣੀ ਹੈ ਉਹਦਾ ਆਹ ਚੋ ਨਿਸ਼ਾਨ ਹੈਗਾ, ਠੀਕ ਹੈ, ਜਿਹਨੂੰ ਆਪਾਂ ਬੈਲਟ ਪੇਪਰ ਕਹਿੰਦੇ ਸੀਗੇ। ਇਹ ਸਭ ਸੀਗੇ ਮਤਲਬ ਡਿਫੀਕਲਟੀਜ਼ ਜਿਹੜੀ ਆਪਣੇ ਇੰਡੀਆ ਨੇ ਫੇਸ ਕਰੀਆਂ, ਤੇ ਪਹਿਲੇ ਇਲੈਕਸ਼ਨ ਨੂੰ ਤਾਂ ਕਰਕੇ ਇੰਨਾ ਜ਼ਿਆਦਾ ਟਾਈਮ ਲੱਗ ਗਿਆ। ਦੇਖੋ ਇਸ ਵਾਰ ਜਿਹੜਾ 2019 ਦਾ ਇਲੈਕਸ਼ਨ ਹੋਇਆ ਇਹ ਤਾਂ 7 ਫੇਜ਼ਾਂ 'ਚ ਇਲੈਕਸ਼ਨ ਹੋਇਆ ਸੀਗਾ, ਜਿਹੜਾ ਪਹਿਲਾ ਜਨਰਲ ਇਲੈਕਸ਼ਨ ਹੋਇਆ ਸੀ ਨਾ 1951-52 ਦੇ ਵਿੱਚ ਉਹ 68 ਫੇਜ਼ ਦੇ ਵਿੱਚ ਇਲੈਕਸ਼ਨ ਹੋਇਆ ਸੀਗਾ, ਠੀਕ ਹੈ, 1951 ਤੋਂ ਲੈ ਕੇ 1952 6 ਮਹੀਨੇ ਤੱਕ ਇਲੈਕਸ਼ਨ ਚੱਲੀ ਗਿਆ ਸੀਗਾ, ਤੇ ਉਹ ਇਲੈਕਸ਼ਨ ਹੋਇਆ ਸੀਗਾ ਜਿਹੜਾ 489 ਲੋਕ ਸਭਾ ਸੀਟ ਦੇ ਉੱਪਰ ਹੋਇਆ ਸੀਗਾ। ਤੇ ਉਸ ਤੋਂ ਇਲਾਵਾ ਜਿਹੜੀਆਂ ਸੀਟਸ ਨੇਗੀਆਂ 499 ਸੀਟਾਂ ਇਹ ਬਾਅਦ ਚੋਂ ਵਧਾ ਵੀ ਦਿੱਤੀਆਂ ਗਈਆਂ ਸੀਗੀਆਂ, ਦੋ ਅਮੈਂਡਮੈਂਟ ਕਰੀ ਸੀਗੀਆਂ ਕੋਨਸਟੀਟਿਊਸ਼ਨ ਦੇ ਵਿੱਚ। ਪਹਿਲੀ ਦਾ ਅਮੈਂਡਮੈਂਟ ਸੀਗੀ 7ਵੀਂ, ਜਿਹਦੇ ਨਾਲ ਮਤਲਬ 499 ਤੋਂ ਕਰਕੇ ਸੀਟਾਂ 525 ਕਰ ਦਿੱਤੀਆਂ ਗਈਆਂ ਸੀਗੀਆਂ, ਤੇ ਉਸ ਤੋਂ ਬਾਅਦ 31ਵੀਂ ਅਮੈਂਡਮੈਂਟ ਨਾਲ ਇਹ ਸੀਟਾਂ ਵਧਾ ਕੇ 552 ਕਰ ਦਿੱਤੀਆਂ ਗਈਆਂ ਸੀਗੀਆਂ ਲੋਕ ਸਭਾ ਦੀਆਂ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਪਹਿਲੀ ਇਲੈਕਸ਼ਨ ਹੋਈ ਸੀਗੀਆਂ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਸੀਗੀ, ਮਤਲਬ ਜਿਹੜੇ ਆਪਣੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਸੀਗੇ, ਕਾਂਗਰਸ ਪਾਰਟੀ ਨੇ ਇਕੱਲੀ ਨੇ 364 ਸੀਟਾਂ ਸਿਕਿਓਰ ਕਰੀਆਂ ਸੀਗੀਆਂ, ਇੰਨੀ ਜ਼ਿਆਦਾ ਵੱਡੀ ਮੈਜੋਰਟੀ ਨਾਲ ਇਹਨਾਂ ਦੀ ਵਿਕਟਰੀ ਸੀਗੀ। ਤੇ ਜਵਾਹਰ ਲਾਲ ਨਹਿਰੂ ਸੀਗੇ ਜਿਹੜੇ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ 1952, ਤੇ ਉਸ ਤੇ ਇਸ ਤੋਂ ਇਲਾਵਾ 17 April 1952 ਨੂੰ ਪਹਿਲੀ ਵਾਰ ਮਤਲਬ ਆਫਟਰ ਇੰਡੀਪੈਂਡੈਂਸ ਆਪਣੀ ਲੋਕ ਸਭਾ ਕੋਨਸਟੀਟਿਊਟ ਹੋਈ। ਇਹ ਡੇਟ ਇੰਪੋਰਟੈਂਟ ਹੈਗੀ, ਛੋਟੇ ਪੇਪਰ ਦੇ ਵਿੱਚ ਇਹ ਡੇਟ ਪੁੱਛ ਸਕਦੇ ਨੇ, ਠੀਕ ਹੈ, ਇਲੈਕਸ਼ਨ ਈਅਰ ਹੈਗਾ ਤਾਂ ਕਰਕੇ ਇਹਦੇ ਚਾਂਸਿਸ ਵੀ ਜ਼ਿਆਦਾ ਬਣਦੇ ਨੇਗੇ। ਇਹ ਇਲੈਕਸ਼ਨ ਟਾਈਮ ਸੀਗਾ ਜਿਹੜਾ, ਉਹਦੀਆਂ ਫੋਟੋਆਂ ਨੇਗੀਆਂ ਸਾਰੀਆਂ, ਕਿਵੇਂ ਲੋਕਾਂ ਨੇ ਮਤਲਬ ਆਹ ਸਾਰੀਆਂ ਕਿਵੇਂ ਵੋਟਸ ਪਾਈਆਂ, ਤੇ ਆਹ ਸੀਗਾ ਮਤਲਬ ਉਹ ਮੈਪ 'ਚ ਦਿਖਾਇਆ ਗਿਆ ਵੀ ਕਾਂਗਰਸ ਨੇ ਕਿਵੇਂ ਸਾਰੇ ਇੰਡੀਆ ਦੇ ਵਿੱਚ ਆਪਣੀ ਮਤਲਬ ਵਿਕਟਰੀ ਹਾਸਲ ਕਰੀ, ਠੀਕ ਹੈ। ਸਿਰਫ ਕੇਰਲਾ ਸੀਗੀ ਜਿਹੜੀ ਸਟੇਟ, ਕੇਰਲਾ ਦੇ ਵਿੱਚ ਕਮਿਊਨਿਸਟਾਂ ਦੀ ਸਰਕਾਰ ਸੀਗੀ, ਠੀਕ ਹੈ। ਤੇ ਇੱਕ ਇੰਪੋਰਟੈਂਟ ਕੁਐਸਚਨ ਹੈਗਾ, ਤੁਸੀਂ ਦੱਸ ਸਕਦੇ ਹੋ ਵੀ ਪਹਿਲਾ ਸੀਐਮ ਕੌਣ ਸੀਗਾ ਕੇਰਲਾ ਦਾ? ਇਹ ਪੇਪਰ 'ਚ ਕਾਫੀ ਵਾਰ ਕੁਐਸਚਨ ਪੁੱਛਿਆ ਗਿਆ, ਠੀਕ ਹੈ। ਸੋ ਹੁਣ ਆਪਾਂ ਕੁਝ ਗੱਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਰੇ ਵੀ ਪੜ੍ਹ ਲਈ, ਜਿਹੜੀ ਆਪਣੀ ਬੋਡੀ ਇਲੈਕਸ਼ਨ ਕਰਵਾਉਂਦੀ ਹੈ, ਠੀਕ ਹੈ। ਪਹਿਲੀ ਗੱਲ, ਸੰਵਿਧਾਨ ਦੇ ਪਾਰਟ 15 ਦੇ ਵਿੱਚ ਇਲੈਕਸ਼ਨ ਕਮਿਸ਼ਨ ਹੈਗੇ ਜਿਹੜੀ ਬੋਡੀ, ਉਹਦੇ ਬਾਰੇ ਡਿਸਕਸ ਮਤਲਬ ਦੱਸਿਆ ਗਿਆ, ਠੀਕ ਹੈ। ਕਿਹੜੇ ਆਰਟੀਕਲ ਨੇਗੇ? ਆਰਟੀਕਲ 324 ਤੋਂ ਲੈ ਕੇ 329A ਆਰਟੀਕਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਬਾਰੇ ਸਾਰਾ ਦੱਸਿਆ ਗਿਆ। ਇਹਦੇ 'ਚੋਂ ਆਪਾਂ ਆਰਟੀਕਲ 324 ਬਾਰੇ ਪੜ੍ਹਨਾ ਹੈ, ਠੀਕ ਹੈ। ਵੈਸੇ ਤਾਂ ਸਾਰੇ ਇੰਪੋਰਟੈਂਟ ਨੇਗੇ, ਪਰ ਇਹਦੇ ਵਿੱਚ ਦੱਸਿਆ ਗਿਆ ਜਿਹੜਾ 324 ਆਰਟੀਕਲ ਹੈ ਵੀ ਇਲੈਕਸ਼ਨ ਨਾਲ ਇਲੈਕਸ਼ਨ ਦੀ ਸੁਪਰਿੰਟੈਂਡੈਂਸ, ਡਾਇਰੈਕਸ਼ਨ ਤੇ ਕੰਟਰੋਲ ਜਿਹੜਾ ਸਾਰਾ ਕੁਝ ਹੋਊਗਾ ਉਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰੂਗਾ। ਤੇ ਕਿਹੜੇ ਕਿਹੜੇ ਇਲੈਕਸ਼ਨ ਨੂੰ ਮਤਲਬ ਇਹ ਕਰੂਗਾ? ਇੱਕ ਤਾਂ ਪਾਰਲੀਮੈਂਟ ਦੇ ਇਲੈਕਸ਼ਨ ਹੋਣਗੇ, ਸਟੇਟ ਲੈਜਿਸਲੇਚਰ, ਵਿਧਾਨ ਸਭਾ ਦੇ ਇਲੈਕਸ਼ਨ ਹੋ ਗਏ, ਉਸ ਤੋਂ ਇਲਾਵਾ ਪ੍ਰੈਜੀਡੈਂਟ ਤੇ ਵਾਈਸ ਪ੍ਰੈਜੀਡੈਂਟ ਦੇ ਜਿਹੜੇ ਇਲੈਕਸ਼ਨ ਹੋ ਗਏ, ਇਹ ਚਾਰਾਂ ਦੇ ਇਲੈਕਸ਼ਨ ਹੋ ਗਏ। ਇਹ ਸਾਰਿਆਂ ਨੂੰ ਕੰਟਰੋਲ ਤੇ ਕਰਵਾਊਗਾ ਕੌਣ? ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਵਾਊਗਾ, ਠੀਕ ਹੈ। ਤੇ ਇੱਕ ਇੰਪੋਰਟੈਂਟ ਗੱਲ, ਜਿਹੜੇ ਪ੍ਰੈਜੀਡੈਂਟ ਤੇ ਵਾਈਸ ਪ੍ਰੈਜੀਡੈਂਟ ਦੇ ਇਲੈਕਸ਼ਨ 'ਚ ਫਰਜ਼ ਕਰੋ ਜੇ ਕੋਈ ਰੌਲਾ ਪੈ ਗਿਆ, ਕੋਈ ਡਿਸਪਿਊਟ ਪੈ ਗਿਆ, ਉਹ ਚੀਜ਼ ਨੂੰ ਇਲੈਕਸ਼ਨ ਕਮਿਸ਼ਨ ਨਹੀਂ ਹੈਂਡਲ ਕਰ ਸਕਦਾ। ਉਹ ਚੀਜ਼ ਦਾ ਨੂੰ ਹੈਂਡਲ ਕਰੂਗੀ ਸਿਰਫ ਆਪਣੀ ਸੁਪਰੀਮ ਕੋਰਟ, ਠੀਕ ਹੈ। ਇਹ ਇੰਪੋਰਟੈਂਟ ਕੁਐਸਚਨ ਹੈ, ਇਹ ਨਾ ਤੁਸੀਂ ਮਤਲਬ ਆਪਣੇ ਦਿਮਾਗ 'ਚੋਂ ਸਕਿੱਪ ਕਰੋ, ਠੀਕ ਹੈ। ਤੇ ਉਸ ਤੋਂ ਇਲਾਵਾ ਯੂਨੀਵਰਸਲ ਅਡਲਟ ਫਰੈਂਚਾਈਜ਼ 326 ਆਰਟੀਕਲ ਦੇ ਵਿੱਚ ਇਹ ਲਿਖਿਆ ਹੋਏਗਾ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਅਡਲਟ ਕਿਹਨੂੰ ਕਿਹਾ ਗਿਆ? ਦੇਖੋ 1988 ਤੋਂ ਪਹਿਲਾਂ ਕੀ ਹੁੰਦਾ ਸੀਗਾ, 21 ਸਾਲ ਦਾ ਕੋਈ ਵੀ ਮਤਲਬ ਨੌਜਵਾਨ ਪਰਸਨ ਸੀਗਾ ਉਹਨੂੰ ਵੋਟ ਦਾ ਅਧਿਕਾਰ ਸੀਗਾ, ਠੀਕ ਹੈ, ਉਹਨੂੰ ਆਪਾਂ ਅਡਲਟ ਮੰਨਦੇ ਸੀਗੇ। ਬਟ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਿਆ ਗਿਆ, 61st ਕੋਨਸਟੀਟਿਊਸ਼ਨ ਅਮੈਂਡਮੈਂਟ 1988 ਦੇ ਵਿੱਚ ਹੋਈ ਸੀ, ਉਹਦੇ ਵਿੱਚ ਕੀ ਕਰਿਆ, ਰਾਜੀਵ ਗਾਂਧੀ ਦੀ ਗੌਰਮੈਂਟ ਸੀਗੀ ਉਹਨਾਂ ਨੇ ਵੋਟਿੰਗ ਏਜ ਸੀਗੀ ਜਿਹੜੀ 21 ਤੋਂ 18 ਸਾਲ ਘਟਾਤੀ। ਮਤਲਬ ਹੁਣ ਜਿਹੜਾ ਅਡਲਟ ਦੀ ਡੈਫੀਨੇਸ਼ਨ ਹੈਗੀ, ਮਤਲਬ 18 ਸਾਲ ਦਾ ਪਰਸਨ ਜਿਹਨੂੰ ਵੋਟ ਕਰਨ ਦਾ ਅਧਿਕਾਰ ਹੈਗਾ ਉਹ ਅਡਲਟ ਮੰਨਿਆ ਜਾਊਗਾ, ਠੀਕ ਹੈ। ਹੁਣ ਵੋਟਿੰਗ ਏਜ ਹੈਗੀ ਆਪਣੀ ਜੀ 18 ਸਾਲ, ਠੀਕ ਹੈ। ਹੁਣ ਵੋਟਿੰਗ ਏਜ ਤਾਂ ਇਹਨਾਂ ਨੇ 18 ਕਰਤੀ ਸੀਗੀ ਰਾਜੀਵ ਗਾਂਧੀ ਹੋਰਾਂ ਨੇ, ਇਹਦੇ ਨਾਲ ਹੋਇਆ ਕਿ ਜਿਹੜੇ ਵੋਟਰਸ ਦੀ ਗਿਣਤੀ ਸੀਗੀ ਉਹ 1,00,000 ਕਾਫੀ ਜ਼ਿਆਦਾ ਵੱਧ ਗਈ, ਠੀਕ ਹੈ। ਇਹਦੇ ਨਾਲ ਹੋਇਆ ਕਿ ਇਲੈਕਸ਼ਨ ਕਮਿਸ਼ਨ ਜਿਹੜੀ ਬੋਡੀ ਸੀਗੀ ਉਹਦੇ ਉੱਪਰ ਹੋਰ ਵੀ ਜ਼ਿਆਦਾ ਬਰਡਨ ਆ ਗਿਆ, ਬੋਝ ਪੈ ਗਿਆ, ਠੀਕ ਹੈ, ਕਿਉਂਕਿ ਉਹਨਾਂ ਦੀ ਵੀ ਵੋਟਰ ਲਿਸਟ ਤਿਆਰ ਕਰਨੀ ਸੀਗੀ। ਸੋ ਉਦੋਂ ਕੀ ਹੁੰਦਾ ਸੀਗਾ, ਉਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸੀਗੀ ਜਿਹੜੀ ਆਪਣੀ ਬੋਡੀ ਉਹ ਸਿਰਫ ਇੱਕ ਮੈਂਬਰ ਬੋਡੀ ਸੀਗੀ, ਠੀਕ ਹੈ, ਸਿਰਫ ਮਤਲਬ ਇੱਕ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ ਸੀਗਾ। ਸੋ ਇਹ ਅਮੈਂਡਮੈਂਟ ਨਾਲ ਮਤਲਬ ਇੱਕ ਤੋਂ ਹੁਣ 3 ਮੈਂਬਰ ਇਹ ਬੋਡੀ ਬਣਾ ਦਿੱਤੀ ਗਈ ਸੀ 1989 ਦੇ ਵਿੱਚ, ਤਾਂ ਕਿ ਜਿਹੜਾ ਵਰਕਲੋਡ ਸੀਗਾ ਇੱਕ ਇਲੈਕਸ਼ਨ ਕਮਿਸ਼ਨ ਦੇ ਉੱਪਰ ਉਹ ਘਟਾਇਆ ਜਾ ਸਕੇ, ਠੀਕ ਹੈ। 1999 ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ 1 ਤੋਂ 3 ਮੈਂਬਰ ਬੋਡੀ ਬਣਾ ਦਿੱਤਾ ਗਿਆ ਸੀਗਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਲੈਕਸ਼ਨ ਕਮਿਸ਼ਨ ਵਿੱਚ ਦੀ ਬਾਅਦ 'ਚ 2 ਵਾਰ ਵੀ ਕਰਤੀ ਸੀਗੀ, ਤੇ 1992 ਦੇ ਵਿੱਚ ਫਿਰ 3 ਵਾਰ ਕਰਤੀ ਸੀ। ਬਟ ਹੁਣ
ਇਸ ਟਾਈਮ ਇਲੈਕਸ਼ਨ ਕਮਿਸ਼ਨ 3 ਮੈਂਬਰ ਬੋਡੀ ਹੈਗੀ, ਇੱਕ ਚੀਫ ਇਲੈਕਸ਼ਨ ਕਮਿਸ਼ਨਰ ਤੇ 2 ਹੋਰ ਇਲੈਕਸ਼ਨ ਕਮਿਸ਼ਨਰ ਨੇਗੇ। ਠੀਕ ਹੈ, ਅੱਗੇ ਚੱਲਦੇ ਹਾਂ ਆਪਾਂ। ਹੁਣ ਕੁਝ ਕੁ ਆਪਾਂ ਫੈਕਟਸ ਜਿਹੜੇ ਵੀ ਇਸ ਵਾਰ 17ਵੀਂ ਲੋਕ ਸਭਾ ਇਲੈਕਸ਼ਨ ਜਿਹੜੀ ਚੁਣੀ ਗਈ ਹੈਗੀ ਉਹਦੇ ਬਾਰੇ ਆਪਾਂ ਪੜ੍ਹ ਲਈਏ। ਪਹਿਲੀ ਗੱਲ, ਇਹ ਜਿਹੜੀਆਂ ਵੋਟਾਂ ਪਈਆਂ ਸੀਗੀਆਂ 17ਵੀਂ ਲੋਕ ਸਭਾ ਦੀਆਂ, ਇਹ 542 ਕੌਂਸਟੀਟੂਐਂਸੀਆਂ ਦੇ ਵਿੱਚ ਪਈਆਂ ਸੀਗੀਆਂ 543 ਦੇ ਵਿੱਚੋਂ। ਕਿਉਂ, ਇੱਕ ਸੀਟ 'ਚ ਕੀ ਰੌਲਾ ਸੀਗਾ? ਦੇਖੋ, ਇੱਕ ਸੀਟ ਸੀਗੀ ਕੌਂਸਟੀਟੂਐਂਸੀ ਸੀਗੀ ਉਹ ਹੈਗੀ ਜੀ ਵੈਲੋਰ ਤਾਮਿਲਨਾਡੂ ਦੇ ਵਿੱਚ। ਉੱਥੇ ਕੀ ਸੀਗਾ? ਉੱਥੇ ਕਰਪਸ਼ਨ ਦੇ ਕੇਸਿਸ ਪਾਏ ਗਏ ਸੀਗੇ, ਤਾਂ ਕਰਕੇ ਇਲੈਕਸ਼ਨ ਕਮਿਸ਼ਨ ਨੇ ਉੱਥੇ ਦੀ ਪੋਲਿੰਗ ਕੈਂਸਲ ਕਰਤੀ ਤੇ ਉਹ ਉੱਥੋਂ ਦੀ ਇਲੈਕਸ਼ਨ ਸੀਗੀ ਜਿਹੜੀ ਉਹਨੂੰ ਪੋਸਟਪੋਨ ਕਰਤਾ, ਮਤਲਬ ਉੱਥੇ ਦੀ ਇਲੈਕਸ਼ਨ ਹੋਊਗੀ ਹੁਣ ਬਾਅਦ 'ਚ ਹੋਊਗੀ। ਠੀਕ ਹੈ, ਸੋ ਐਤਕੀ ਮਤਲਬ 543 ਤੇ 543 ਤੇ ਪਹਿਲੀ ਵਾਰ ਇਲੈਕਸ਼ਨ ਨਹੀਂ ਹੋਈ ਸੀਗੀ, ਐਤਕੀ 542 ਦੇ ਵਿੱਚ ਹੋਈ ਸੀਗੀ। ਠੀਕ ਹੈ, ਤੇ ਆਪਾਂ ਪਿੱਛੇ ਪੜਿਆ ਸੀਗਾ ਵੀ ਇਸ ਵਾਰ ਜਿਹੜੇ ਇਲੈਕਸ਼ਨ ਹੈਗੇ ਇਹ 7 ਫੇਜ਼ ਦੇ ਵਿੱਚ ਕੰਡਕਟ ਹੋਏ ਸੀਗੇ, 11 ਅਪ੍ਰੈਲ ਤੋਂ ਲੈ ਕੇ 19 ਮਈ ਦੇ ਵਿੱਚ। ਤੇ ਜਿਹੜੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀਗੇ ਉਹ ਅਖੀਰਲੇ ਫੇਜ਼ ਜਾਣੀ ਕਿ 7ਵੇਂ ਫੇਜ਼ ਦੇ ਵਿੱਚ ਇਲੈਕਸ਼ਨ ਹੋਏ ਸੀਗੇ 19 ਮਈ ਨੂੰ। ਠੀਕ ਹੈ, ਤੇ 23 ਮਈ ਨੂੰ ਰਿਜ਼ਲਟ ਆਇਆ ਸੀਗਾ ਆਪਣੇ ਇਲੈਕਸ਼ਨ ਦਾ। ਤੇ ਇਸ ਤੋਂ ਇਲਾਵਾ ਇਸ ਸਾਲ ਆਪਣੇ ਜਿਹੜੇ 17ਵੀਂ ਲੋਕ ਸਭਾ ਸੀਗੀ 900 ਮਿਲੀਅਨ ਜਾਣੀ ਕਿ 90 ਕਰੋੜ ਲੋਕ ਸੀਗੇ ਜਿਹੜੇ ਉਹ ਵੋਟ ਕਰਨ ਦੇ ਲਈ ਐਲੀਜੀਬਲ ਸੀਗੇ। ਠੀਕ ਹੈ, ਤੇ ਉਸ ਤੋਂ ਇਲਾਵਾ ਜਿਹੜੇ ਇਹ 900 ਮਿਲੀਅਨ ਲੋਕ ਸੀਗੇ ਜਿਹੜੇ ਐਲੀਜੀਬਲ ਸੀਗੇ, ਇਹਨਾਂ ਚੋਂ ਮਤਲਬ 60% ਲੋਕਾਂ ਨੇ ਵੋਟਾਂ ਪਾਈਆਂ। ਠੀਕ ਹੈ, ਮਤਲਬ ਵੋਟਰ ਟਰਨ ਆਊਟ ਦਾ ਮਤਲਬ ਹੁੰਦਾ ਵੀ ਕਿੰਨੇ ਲੋਕਾਂ ਨੇ ਵੋਟਾਂ ਪਾਈਆਂ, ਉਹ ਹੈਗਾ ਜੀ 60%, ਅੱਜ ਤੱਕ ਦਾ ਸਭ ਤੋਂ ਜ਼ਿਆਦਾ ਹਾਈਐਸਟ ਹੈਗੇ। ਠੀਕ ਹੈ, ਬਹੁਤ ਇੰਪੋਰਟੈਂਟ ਹੈਗਾ ਇਹ ਵੋਟਰ ਟਰਨ ਆਊਟ, ਤੁਸੀਂ ਯਾਦ ਰੱਖਿਓ। ਤੇ ਇਸ ਤੋਂ ਇਲਾਵਾ ਸਰਕਾਰ ਬਣਾਉਣ ਦੇ ਲਈ ਕਿੰਨੀਆਂ ਸੀਟਾਂ ਚਾਹੀਦੀਆਂ ਨੇ? ਘੱਟੋ ਘੱਟ ਆਪਾਂ ਨੂੰ ਚਾਹੀਦੀਆਂ ਨੇ ਜੀ 272 ਸੀਟਾਂ ਸਰਕਾਰ ਬਣਾਉਣ ਦੇ ਲਈ ਚਾਹੀਦੇ ਨੇ। ਬਟ ਜਿਹੜੀ ਇਕੱਲੀ ਬੀਜੇਪੀ ਦੀ ਗੌਰਮੈਂਟ ਹੈ ਉਹਨੇ ਇਕੱਲੀ ਨੇ ਹੀ 303 ਸੀਟਾਂ ਸਿਕਿਓਰ ਕਰ ਲਿਆ, ਤੇ ਉਹਨਾਂ ਦੇ ਅਲਾਇੰਸ ਮਤਲਬ ਐਨਡੀ ਕਹਿੰਦੇ ਆ ਜਿਹਨੂੰ ਆਪਾਂ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਬੀਜੇਪੀ ਤੇ ਹੋਰ ਕਈ ਪਾਰਟੀਆਂ ਦਾ ਅਲਾਇੰਸ ਹੈਗਾ, ਉਹਨਾਂ ਨੇ ਮਤਲਬ 352 ਤੋਂ ਜ਼ਿਆਦਾ ਸੀਟਾਂ ਦਾ ਆਪਣੇ ਮਤਲਬ ਜਿੱਤੀਆਂ ਨੇਗੀਆਂ। ਠੀਕ ਹੈ, ਸੋ ਮਤਲਬ ਇਹ ਮੈਜਿਕ ਨੰਬਰ ਕਹਿੰਦੇ ਇਹਨੂੰ ਜਿਹੜਾ 272 ਹੁੰਦਾ ਮਿਨੀਮਮ ਸੀਟਸ ਸਰਕਾਰ ਬਣਾਉਣ ਦੇ ਲਈ। ਸੋ ਹੁਣ ਇਹਨਾਂ ਨੂੰ ਕੋਈ ਮਤਲਬ ਕੋਈ ਐਡਾ ਚੱਕਰ ਨਹੀਂ ਪੈਣਾ, ਮਤਲਬ ਮੋਦੀ ਗੌਰਮੈਂਟ ਜਿਹੜੀ ਬਣੀ ਹੈ ਬੀਜੇਪੀ ਦੀ ਸਰਕਾਰ ਕੋਈ ਬਿੱਲ ਪਾਸ ਕਰਾਉਣ ਲੱਗੇ। ਠੀਕ ਹੈ, ਸੋ ਹੁਣ ਦੇਖੋ ਮੋਦੀ ਸਰਕਾਰ ਬਹੁਤ ਹੀ ਜ਼ਿਆਦਾ ਵੱਡੀ ਮੈਜੋਰਟੀ ਨਾਲ ਜਿੱਤੀ ਹੈ। ਹੁਣ ਇੱਥੇ ਇੱਕ ਕਨਸੈਪਟ ਹੁੰਦਾ ਲੀਡਰ ਮਤਲਬ ਜਿਹੜੀ ਓਪੋਜੀਸ਼ਨ ਪਾਰਟੀ ਹੁੰਦੀ ਹੈਗੀ। ਠੀਕ ਹੈ, ਹੁਣ ਓਪੋਜੀਸ਼ਨ ਪਾਰਟੀ ਹੁੰਦੀ ਹੈ ਉਹ ਕਿਵੇਂ ਬਣਦੀ ਹੈ, ਉਹਦੀ ਕੀ ਕੰਡੀਸ਼ਨ ਹੁੰਦੀ ਹੈ? ਠੀਕ ਹੈ, ਉਹਦੇ ਉਹ ਕੰਡੀਸ਼ਨ ਹੁੰਦੀ ਹੈ ਵੀ ਕੋਈ ਵੀ ਪਾਰਟੀ ਨੂੰ ਓਪੋਜੀਸ਼ਨ ਦਾ ਦਰਜਾ ਤਾਂ ਦਿੱਤਾ ਜਾਊਗਾ ਜੇ ਉਹ ਲੋਕ ਸਭਾ ਦੀ ਜਿੰਨੀਆਂ ਸੀਟਾਂ ਨੇਗੀਆਂ ਉਹਦਾ 1/10 ਸੀਟਾਂ ਸਿਕਿਓਰ ਕਰਦੀ ਹੈ। ਮਤਲਬ 545 ਸੀਟਾਂ ਦੇ ਵੋਟਿੰਗ ਮਤਲਬ 545 ਸੀਟਾਂ ਨੇਗੀਆਂ ਉਹਦਾ 1/10 ਕਰ ਦਿਓ, ਅਪਰੋਕਸੀਮੇਟਲੀ 54 ਸੀਟਾਂ ਬਣਦੀਆਂ ਨੇ, ਮਤਲਬ ਅਪਰੋਕਸੀਮੇਟਲੀ 55 ਸੀਟਾਂ ਉਸ ਪਾਰਟੀ ਨੂੰ ਘੱਟੋ ਘੱਟ ਜਿੱਤਣੀਆਂ ਪੈਣਗੀਆਂ ਜੇ ਉਸ ਪਾਰਟੀ ਨੇ ਓਪੋਜੀਸ਼ਨ ਦਾ ਦਰਜਾ ਲੈਣਾ। ਠੀਕ ਹੈ, ਪਰ ਇਸ ਵਾਰ ਕੀ ਹੋਇਆ, ਫਿਰ ਇਸ ਵਾਰ ਕੀ ਹੋਇਆ, ਕਾਂਗਰਸ ਪਾਰਟੀ ਜਿਹੜੀ ਉਹਨੇ ਇਕੱਲੀ ਨੇ ਸਿਰਫ 52 ਸੀਟਾਂ ਹੀ ਸਿਕਿਓਰ ਕਰੀਆਂ। ਸੋ ਇਸ ਵਾਰ ਫਿਰ ਮਤਲਬ ਆਪਣੇ ਲੋਕ ਸਭਾ ਦੇ ਵਿੱਚ ਓਪੋਜੀਸ਼ਨ ਨਹੀਂ ਬਣਨੀ। ਆਪਾਂ ਸਾਰਿਆਂ ਨੇ ਪੜ੍ਹਿਆ ਤਾਂ ਹੋਣਾ ਵੀ ਕਾਂਗਰਸ ਨੇ ਤਾਂ ਜੀ 90+ ਸੀਟਾਂ ਜਿੱਤੀਆਂ ਨੇ। ਦੇਖੋ, ਕਾਂਗਰਸ ਨੇ ਨਹੀਂ ਜਿੱਤੀਆਂ, ਜਿਵੇਂ ਬੀਜੇਪੀ ਦਾ ਅਲਾਇੰਸ ਹੈ ਜਿਹਨੂੰ ਆਪਾਂ ਐਨਡੀ ਕਹਿੰਦੇ ਹਾਂ, ਉਵੇਂ ਕਾਂਗਰਸ ਦਾ ਵੀ ਅਲਾਇੰਸ ਹੈਗਾ, ਉਹਨੂੰ UPA ਕਹਿੰਦੇ ਆ। ਠੀਕ ਹੈ, ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ। ਠੀਕ ਹੈ, ਉਹ ਮਤਲਬ ਇਹਨਾਂ ਨੂੰ ਕਾਂਗਰਸ ਤੇ ਹੋਰ ਪਾਰਟੀ ਜਿਹੜੇ ਇਹਨਾਂ ਨੇ ਮਿਲ ਕੇ ਉਹ ਸੀਟਾਂ ਸੀਗੀਆਂ, ਇਕੱਲੀ ਕਾਂਗਰਸ ਦੀ ਤਾਂ 52 ਸੀਟਾਂ ਸੀਗੀਆਂ। ਸੋ ਓਪੋਜੀਸ਼ਨ ਇਸ ਸਾਲ ਵੀ ਨਹੀਂ ਬਣਨੀ। ਲਾਸਟ ਵਾਰ ਓਪੋਜੀਸ਼ਨ 15ਵੀਂ ਲੋਕ ਸਭਾ ਦੇ ਵਿੱਚ ਸੀਗੀ, ਉਦੋਂ ਬੀਜੇਪੀ ਓਪੋਜੀਸ਼ਨ ਦੇ ਵਿੱਚ ਸੀਗੀ, ਤੇ ਉਦੋਂ ਲੀਡਰ ਆਫ ਓਪੋਜੀਸ਼ਨ ਸੀਗੇ ਜਿਹੜੇ ਉਹ ਸੀਗੇ ਜੀ ਸੁਸ਼ਮਾ ਸਵਰਾਜ ਜੀ, ਜਿਹੜੇ ਇਸ ਟਾਈਮ ਆਪਣੇ ਮਤਲਬ ਫੋਰਨ ਅਫੇਅਰ ਮਿਨਿਸਟਰ ਨੇਗੇ। ਠੀਕ ਹੈ, ਤੇ ਇਸ ਤੋਂ ਬਾਅਦ ਆਪਾਂ ਮਾੜੀ ਜਿਹੀ ਪੰਜਾਬ ਬਾਰੇ ਵੀ ਗੱਲ ਕਰ ਲਈ ਵੀ ਪੰਜਾਬ ਦੇ ਵਿੱਚ ਦੇਖੋ ਲੋਕ ਸਭਾ ਦੀਆਂ 13 ਸੀਟਾਂ ਨੇਗੀਆਂ, 13 ਚੋਂ ਇਸ ਵਾਰ 8 ਸੀਟਾਂ ਜਿੱਤੀਆਂ ਨੇ ਜੀ ਕਾਂਗਰਸ ਨੇ, ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗਠਬੰਧਨ ਸੀਗਾ ਇਹਨਾਂ ਨੇ ਟੋਟਲ ਜਿੱਤੀਆਂ ਨੇ 4 ਸੀਟਾਂ, ਤੇ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਜੀ 1 ਸੀਟ। ਤੁਸੀਂ ਦੱਸ ਸਕਦੇ ਹੋ ਵੀ ਜਿਹੜੀ ਆਮ ਆਦਮੀ ਪਾਰਟੀ ਦੀ 1 ਸੀਟ ਹੈਗੀ ਇਹ ਕਿਹੜੀ ਕੌਂਸਟੀਟੂਐਂਸੀ ਦੇ ਵਿੱਚੋਂ ਜਿੱਤੀ ਹੈ ਤੇ ਕਿਹਨੇ ਜਿੱਤੀ ਹੈਗੀ? ਠੀਕ ਹੈ, ਤੇ ਉਸ ਤੋਂ ਇਲਾਵਾ ਇੱਕ ਸਭ ਤੋਂ ਇੰਪੋਰਟੈਂਟ ਕਨਸੈਪਟ ਆ ਗਿਆ ਜੀ ਡਬਲ ਮੈਂਬਰਸ਼ਿਪ ਦਾ। ਇਹ ਕਨਸੈਪਟ, ਇਹ 4 ਕੇਸ ਦਿੱਤੇ ਹੋਏ ਨੇ ਵੀ ਡਬਲ ਮੈਂਬਰਸ਼ਿਪ ਕੀ ਹੁੰਦੀ ਹੈ, ਇਹ ਮੈਂ ਤੁਹਾਨੂੰ ਪੰਜਾਬੀ 'ਚ ਤੇ ਐਗਜ਼ਾਮਪਲ ਦੇ ਨਾਲ ਸਮਝਾਉਂਗਾ। ਠੀਕ ਹੈ, ਪਰ ਆਪਾਂ ਪਹਿਲਾਂ ਪੜ੍ਹ ਲਈਏ ਵੀ ਕੀ ਚੱਕਰ ਹੈਗਾ। ਦੇਖੋ, ਪਹਿਲਾ ਕੇਸ ਆ ਗਿਆ ਜੀ, ਇਹ ਕਹਿੰਦਾ ਜੀ ਇਫ ਏ ਪਰਸਨ ਇਜ਼ ਇਲੈਕਟਿਡ ਟੂ ਬੋਥ ਹਾਊਸਿਸ ਆਫ ਪਾਰਲੀਮੈਂਟ ਹੀ ਮਸਟ ਇੰਟੀਮੇਟ ਵਿਦ ਇਨ 10 ਡੇਸ ਅਦਰਵਾਈਜ਼ ਹਿਸ ਸੀਟ ਇਨ ਰਾਜ ਸਭਾ ਬਿਕਮਸ ਵੇਕੈਂਟ। ਇਹ ਕਹਿੰਦਾ ਜੀ ਕੋਈ ਪਰਸਨ ਹੈਗਾ, MP ਹੈਗਾ ਕੋਈ, ਉਹ ਪਾਰਲੀਮੈਂਟ ਦੇ ਦੋਵੇਂ ਹਾਊਸਿਸ ਦੇ ਵਿੱਚ ਇਲੈਕਟ ਹੋ ਜਾਂਦਾ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਤਾਂ ਉਹਨੂੰ 10 ਦਿਨਾਂ ਦੇ ਵਿੱਚ ਦੱਸਣਾ ਪਊਗਾ, ਨਹੀਂ ਤਾਂ ਉਹਦੀ ਰਾਜ ਸਭਾ ਦੀ ਸੀਟ ਆਪਦੇ ਆਪ ਛੱਡੀ ਜਾਊਗੀ। ਠੀਕ ਹੈ, ਇਹ ਪਹਿਲਾ ਕੇਸ ਸੀਗਾ। ਠੀਕ ਹੈ, ਤੇ ਉਸ ਤੋਂ ਇਲਾਵਾ ਦੂਜਾ ਕੇਸ ਕਹਿੰਦਾ ਜੀ ਇਫ ਸੀਟਿੰਗ ਮੈਂਬਰ ਆਫ ਫਸਟ ਹਾਊਸ ਇਜ਼ ਇਲੈਕਟਿਡ ਟੂ ਅਦਰ ਹਾਊਸ ਹਿਸ ਸੀਟ ਇਨ ਫਸਟ ਹਾਊਸ ਬਿਕਮਸ ਵੇਕੈਂਟ। ਇਹ ਕਹਿੰਦਾ ਕੋਈ ਮਤਲਬ MP ਹੈ, ਫਰਜ਼ ਕਰੋ ਉਹ ਲੋਕ ਸਭਾ ਦਾ ਮੈਂਬਰ ਹੈਗਾ, ਉਹ ਰਾਜ ਸਭਾ 'ਚ ਇਲੈਕਟ ਹੋ ਜਾਂਦਾ, ਤਾਂ ਜਿਹੜੀ ਉਹਦੀ ਲੋਕ ਸਭਾ ਦੀ ਸੀਟ ਹੈ ਉਹ ਆਪਦੇ ਆਪ ਹੀ ਵੇਕੈਂਟ ਹੋਜੂ, ਮਤਲਬ ਆਪਦੇ ਆਪ ਹੀ ਛੱਡੀ ਜਾਊਗੀ। ਇਹ ਕੇਸ ਸੀਗਾ ਦੂਜਾ। ਤੇ ਜਿਹੜਾ ਤੀਜਾ ਤੇ ਚੌਥਾ ਕੇਸ ਹੈ,
ਇਹਨਾਂ ਦੇ ਮਤਲਬ ਆਪਣੇ ਕੋਲ ਐਗਜ਼ਾਮਪਲ ਵੀ ਆ, ਰੀਸੈਂਟ ਇਹ ਕੇਸ ਵੀ ਆਇਆ ਜਿਹੜੀਆਂ 17ਵੀਂ ਲੋਕ ਸਭਾ ਨੇ, ਉਹ ਮੈਂ ਤੁਹਾਨੂੰ ਅੱਗੇ ਐਗਜ਼ਾਮਪਲ ਵੀ ਦੱਸੂਗਾ। ਪਹਿਲਾਂ ਆਪਾਂ ਕੇਸ ਦੇਖ ਲਈਏ। ਤੀਜਾ ਕੇਸ ਕਹਿੰਦਾ ਜੀ, ਇਫ ਏ ਪਰਸਨ ਇਜ਼ ਇਲੈਕਟਿਡ ਟੂ 2 ਸੀਟਸ ਇਨ ਹਾਊਸ, ਹੀ ਸ਼ੁੱਡ ਡਿਸਾਈਡ ਫੋਰ 1 ਸੀਟ ਇਨ 14 ਡੇਜ਼, ਅਦਰਵਾਈਜ਼ ਬੋਥ ਸੀਟਸ ਬਿਕਮ ਵੀਕੈਂਟ। ਠੀਕ ਹੈ, ਇਹ ਕਹਿੰਦਾ ਜੀ ਕੋਈ ਪਰਸਨ ਹੈਗਾ ਉਹ ਇੱਕ ਟਾਈਮ ਤੇ ਲੋਕ ਸਭਾ ਦੀ 2 ਸੀਟਾਂ ਜਿੱਤ ਲੈਂਦਾ, ਠੀਕ ਹੈ, ਖੜਕੇ ਜਿੱਤ ਲੈਂਦਾ ਹੈ, ਠੀਕ ਹੈ, ਪਰ ਉਹਨੂੰ 14 ਦਿਨਾਂ ਦੇ ਵਿੱਚ ਇਹ ਡਿਸਾਈਡ ਕਰਨਾ ਪਊਗਾ ਸਿਰਫ ਵੀ ਮੈਂ ਕਿਹੜੀ ਸੀਟ ਦੇ ਉੱਪਰ ਖੜਨਾ, ਠੀਕ ਹੈ, ਕਿਹੜੀ ਸੀਟ ਨੂੰ ਮੈਂ ਚੁਣਨਾ। ਨਹੀਂ ਤਾਂ ਜੇ ਉਹ ਡਿਸਾਈਡ ਨਹੀਂ ਕਰ ਪਾਉਂਦਾ ਤਾਂ ਉਹਦੇ ਦੋਵੇਂ ਸੀਟਾਂ ਹੀ ਮਤਲਬ ਉਹਦੇ ਤੋਂ ਖੋਹੀਆਂ ਜਾਣਗੀਆਂ, ਦੋਵੇਂ ਸੀਟਾਂ ਹੀ ਵੇਕੈਂਟ ਹੋ ਜਾਣਗੀਆਂ ਤੇ ਉੱਥੇ ਦੁਬਾਰਾ ਤੋਂ ਇਲੈਕਸ਼ਨ ਹੋਊਗੀ। ਇਹ ਸੀਗਾ ਤੀਜਾ ਕੇਸ। ਚੌਥਾ ਕੇਸ ਆ ਗਿਆ ਜੀ, ਇਹ ਕਹਿੰਦਾ ਜੀ ਇਫ ਦਾ ਪਰਸਨ ਇਜ਼ MP ਐਂਡ MLA ਸਾਈਮਲਟੇਨੀਅਸਲੀ, ਹਿਸ ਸੀਟ ਇਨ ਪਾਰਲੀਮੈਂਟ ਬਿਕਮਸ ਵੇਕੈਂਟ ਇਫ ਹੀ ਡਸਨਟ ਡਿਸਾਈਡ ਇਨ 14 ਡੇਜ਼। ਇਹ ਕਹਿੰਦਾ ਜੀ ਜੇ ਕੋਈ ਪਰਸਨ ਹੈਗਾ ਆਦਮੀ ਜਾਂ ਔਰਤ ਉਹ ਇੱਕੋ ਟਾਈਮ MP ਵੀ ਹੈ ਤੇ MLA ਵੀ ਹੈ ਤਾਂ ਉਹਨੂੰ 14 ਦਿਨਾਂ ਦੇ ਵਿੱਚ ਇਹ ਡਿਸਾਈਡ ਕਰਨਾ ਪਊਗਾ ਵੀ ਮੈਂ MP ਦੀ ਸੀਟ ਲੈਣੀ ਹੈ ਜਾਂ MLA ਦੀ ਸੀਟ ਲੈਣੀ ਹੈ। ਨਹੀਂ ਤਾਂ ਜੇ ਉਹ ਡਿਸਾਈਡ ਨਹੀਂ ਕਰਦਾ 14 ਦਿਨਾਂ ਦੇ ਵਿੱਚ ਤਾਂ ਉਹਦੀ ਜਿਹੜੀ ਪਾਰਲੀਮੈਂਟ ਦੀ ਯਾਨੀ ਕਿ MP ਦੀ ਸੀਟ ਹੋਊਗੀ ਉਹ ਵੇਕੈਂਟ ਹੋ ਜੂਗੀ। ਠੀਕ ਹੈ, ਹੁਣ ਜਿਹੜੇ ਇਹਦੇ 'ਚ ਤੀਜਾ ਤੇ ਚੌਥਾ ਕੇਸ ਹੈਗਾ ਇਹਦੀ ਮੈਂ ਤੁਹਾਨੂੰ ਐਗਜ਼ਾਮਪਲ ਸਮਝਾਉਣਾ ਬਹੁਤ ਵਧੀਆ ਐਗਜ਼ਾਮਪਲ ਦੇ ਨਾਲ। ਆਹ ਦੇਖੋ, ਮੈਂ ਨਾ ਮੈਨੂੰ ਹਾਸਾ ਤਾਂ ਆ ਰਿਹਾ ਸੀਗਾ ਪਿੱਛੇ ਜੇ ਮੈਂ ਇੱਕ ਵੀਡੀਓ ਦੇ ਵਿੱਚ ਕੁਐਸਚਨ ਕਰਵਾਇਆ ਸੀਗਾ, ਮੈਂ ਤੁਹਾਨੂੰ ਕਿਹਾ ਸੀਗਾ ਵੀ ਫੋਰ ਐਗਜ਼ਾਮਪਲ ਅਸਿਊਮ ਕਰੋ ਵੀ ਇਸ ਵਾਰ ਰਾਹੁਲ ਗਾਂਧੀ ਹਾਰ ਜਾਂਦੇ ਇਲੈਕਸ਼ਨ, ਉਹੀ ਗੱਲ ਹੋਈ ਸੱਚੀ ਹਾਰ ਗਿਆ। ਇਹ ਹੁਣ ਦੇਖੋ ਵਾਇਨੈਡ, ਜਿਹੜੀ ਵਾਇਨੈਡ ਸੀਟ ਸੀਗੀ, ਵਾਇਨੈਡ ਕਹਿ ਗਿਆ ਮੈਂ ਰਾਏ ਮਤਲਬ ਇਹਦੀ ਅਮੇਠੀ ਦੀ ਸੀਟ ਸੀਗੀ ਰਾਹੁਲ ਗਾਂਧੀ, ਉਹ ਹਾਰ ਗਿਆ। ਕਾਫੀ ਮਤਲਬ ਅੱਜ ਤੱਕ ਮਤਲਬ ਹਾਰੀ ਨਹੀਂ ਸੀਗੀ ਸੀਟ, ਉਹ ਹਾਰ ਗਿਆ ਤੇ ਸੁਸ਼ਮਾ ਸਵਰਾਜ ਹੱਸ ਰਹੇ ਨੇ ਵੀ ਤੂੰ ਮਤਲਬ ਸਮਝ ਸਕਦੇ ਹੋ। ਤੇ ਹੁਣ ਆਪਾਂ ਦੇਖਦੇ ਹਾਂ, ਇਹ ਤਾਂ ਚਲੋ ਵੈਸੇ ਐਗਜ਼ਾਮਪਲ ਸੀਗੀ ਪਰ ਆਪਾਂ ਅਜ਼ਿਊਮ ਕਰਦੇ ਹਾਂ ਵੀ ਫਰਜ਼ ਕਰੋ, ਹੋਇਆ ਤਾਂ ਨਹੀਂ ਇਸ ਵਾਰ, ਪਰ ਫਰਜ਼ ਕਰੋ ਵੀ ਜਿਹੜੇ ਰਾਹੁਲ ਗਾਂਧੀ ਨੇ ਉਹ 2 ਸੀਟਾਂ ਤੋਂ ਖੜੇ ਹੋਏ ਸੀ, ਪਹਿਲੀ ਗੱਲ, ਇੱਕ ਤਾਂ ਅਮੇਠੀ ਤੋਂ ਤੇ ਦੂਜਾ ਵਾਇਨਾਡ ਤੋਂ। ਵਾਇਨਾਡ ਕੇਰਲਾ ਦੇ ਵਿੱਚ ਇੱਕ ਕੰਸਟੀਟੂਐਂਸੀ ਹਲਕਾ, ਠੀਕ ਹੈ। ਫਰਜ਼ ਕਰੋ ਇਹ ਰਾਹੁਲ ਗਾਂਧੀ ਇਹ ਦੋਵੇਂ ਸੀਟਾਂ ਦੇ ਉੱਪਰੋਂ ਜਿੱਤ ਜਾਂਦੇ ਨੇ ਤਾਂ ਇਹਨਾਂ ਨੂੰ ਭਾਈ 14 ਦਿਨਾਂ ਦੇ ਵਿੱਚ ਡਿਸਾਈਡ ਕਰਨਾ ਪਊਗਾ ਵੀ ਮੈਂ ਕਿਹੜੀ ਸੀਟ ਦੇ ਕਿਹੜੀ ਸੀਟ ਰੱਖਣੀ ਹੈ। ਨਹੀਂ ਤਾਂ ਇਹਨਾਂ ਦੀਆਂ ਦੋਵੇਂ ਸੀਟਾਂ ਇਹ ਵੇਕੈਂਟ ਹੋ ਜਾਣਗੀਆਂ ਤੇ ਫਿਰ ਇਹ ਆਪਦੀ ਮੰਮੀ ਕੋਲ ਜਾਣਗੇ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਐਂ, ਠੀਕ ਹੈ। ਇਹ ਸੀਗਾ ਪਹਿਲਾ ਜਿਹੜਾ ਤੀਜੀ ਐਗਜ਼ਾਮਪਲ ਸੀਗੀ। ਉਸ ਤੋਂ ਬਾਅਦ ਆਹ ਜਿਹੜੇ ਸ਼ਖਸ ਨੇਗੇ ਇਹਨਾਂ ਨੂੰ ਵੈਸੇ ਚਰਚੇ ਦੀ ਤਾਂ ਲੋੜ ਨਹੀਂ ਹੈਗੀ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਇਹਨਾਂ ਨੂੰ ਜਾਣਦਾ ਹੈ। ਤੇ ਇਹ ਇਹਨਾਂ ਨਾਲ ਜਿਹੜਾ ਚੌਥਾ ਕੇਸ ਮੈਂ ਤੁਹਾਨੂੰ ਸਮਝਾਇਆ ਸੀਗਾ ਡਬਲ ਮੈਂਬਰਸ਼ਿਪ ਦਾ, ਉਹ ਲਾਗੂ ਹੁੰਦਾ ਇਹਨਾਂ ਤੇ। ਇਹ ਕਿਉਂਕਿ ਪ੍ਰੈਜੈਂਟ ਪੰਜਾਬ ਦੀ ਵਿਧਾਨ ਸਭਾ ਹੈਗੀ ਜਿਹੜੀ, ਉਹਦੇ ਵਿੱਚ ਇਹ MLA ਵੀ ਨੇ ਤੇ ਜਿਹੜੀਆਂ ਹੁਣੇ ਲੋਕ ਸਭਾ ਮਤਲਬ ਦੀਆਂ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਇਹ MP ਵੀ ਚੁਣੇ ਗਏ ਨੇ ਜਲਾਲਾਬਾਦ ਤੋਂ, ਠੀਕ ਹੈ। ਇਹ ਨੇ ਜੀ ਮਤਲਬ ਸੁਖਬੀਰ ਸਿੰਘ ਬਾਦਲ ਜੀ, ਠੀਕ ਹੈ। ਇਹ ਕਹਿੰਦੇ ਨੇ ਜੀ ਮੌਜ ਲੱਗ ਗਈ MP ਵੀ ਤੇ MLA ਵੀ ਦੋਵੇਂ ਸੀਟਾਂ ਆ ਗਈਆਂ, ਪਰ ਇਹਨਾਂ ਦੇ ਹਿਸਾਬ ਨਾਲ ਤਾਂ ਮੌਜ ਹੈ ਪਰ ਇਹ ਆਪਣੇ ਸੰਵਿਧਾਨ ਦੇ ਜਿਹੜੇ ਰੂਲਸ ਨੇ ਉਹਦੇ ਹਿਸਾਬ ਨਾਲ ਮੌਜ ਨਹੀਂ। ਇਹਨਾਂ ਨੂੰ 14 ਦਿਨਾਂ ਦੇ ਵਿੱਚ ਡਿਸਾਈਡ ਕਰਨਾ ਪਊਗਾ ਵੀ ਮੈਂ MP ਦੀ ਸੀਟ ਲੈਣੀ ਹੈ ਜਾਂ MLA ਦੀ, ਨਹੀਂ ਇਹਨਾਂ ਦੀ MP ਦੀ ਸੀਟ ਆਪਦੇ ਆਪ ਵੇਕੈਂਟ ਹੋ ਜੂ। ਬਟ ਮੋਸਟ ਪ੍ਰੋਬੇਬਲੀ ਕਿ ਇਹ ਹੁਣ MLA ਦੀ ਸੀਟ ਛੱਡਣਗੇ ਤੇ ਇਹ ਲੋਕ ਸਭਾ ਦੇ ਮਤਲਬ MP ਬਣਨਗੇ, ਠੀਕ ਹੈ। ਤੇ ਇਹ ਸੀਗੇ ਸਾਰੇ ਮਤਲਬ ਡਬਲ ਮੈਂਬਰਸ਼ਿਪ ਦਾ ਕੇਸ। ਹੁਣ ਆਪਾਂ 2 ਟਰਮ ਹੋਰ ਪੜ੍ਹਦੇ ਹਾਂ, ਬਾਈ ਇਲੈਕਸ਼ਨ ਤੇ ਮਿਡ ਟਰਮ ਇਲੈਕਸ਼ਨ ਵਿਦ ਐਗਜ਼ਾਮਪਲ, ਠੀਕ ਹੈ। ਪਹਿਲੀ ਗੱਲ ਆ ਗਈ, ਪਹਿਲੀ ਟਰਮ ਆ ਗਈ ਜੀ ਬਾਈ ਇਲੈਕਸ਼ਨ। ਇਹ ਕੀ ਕਹਿੰਦੀ ਹੈ? ਇਹ ਕਹਿੰਦੀ ਹੈ ਜੀ ਲੋਕ ਸਭਾ ਜਾਂ ਵਿਧਾਨ ਸਭਾ ਦੀ ਜੀ ਕੋਈ ਵੀ ਸੀਟ ਹੈਗੀ ਉਹ ਵੇਕੈਂਟ ਹੋ ਜੀ ਕਿਸੇ ਕਾਰਨ, ਠੀਕ ਹੈ। ਕਾਰਨ ਮਤਲਬ ਕੋਈ ਉੱਥੋਂ ਦਾ MLA ਜਾਂ MP ਰਿਜ਼ਾਈਨ ਕਰ ਜੇ, ਉਹਦੀ ਡੈਥ ਹੋ ਜੇ, ਇਹੋ ਜਿਹੇ ਕਾਰਨ ਨੇ ਕਿ ਇਹਨਾਂ ਕਰਕੇ ਜੇ ਉੱਥੋਂ ਦੀ ਸੀਟ ਕੋਈ ਵੇਕੈਂਟ ਹੋ ਜੇ ਤਾਂ ਉੱਥੇ ਦੁਬਾਰਾ ਤੋਂ ਇਲੈਕਸ਼ਨ ਹੋਣਗੇ, ਉਹਨੂੰ ਕਹਿੰਦੇ ਨੇ ਜੀ ਬਾਈ ਇਲੈਕਸ਼ਨ। ਫੋਰ ਐਗਜ਼ਾਮਪਲ ਹੁਣੇ ਪਿੱਛੇ ਹੁਣ ਸੁਖਬੀਰ ਬਾਦਲ ਨੂੰ ਆਪਣੀ MLA ਦੀ ਸੀਟ ਛੱਡਣੀ ਪਊਗੀ ਕਿਉਂਕਿ ਇਹ ਮਤਲਬ ਲੋਕ ਸਭਾ ਦੀ ਇਲੈਕਸ਼ਨ ਜਿੱਤ ਚੁੱਕੇ ਨੇ ਤੇ ਇਹ ਹੁਣ MP ਬਣਨਗੇ, ਠੀਕ ਹੈ, ਪਾਰਲੀਮੈਂਟ ਦੇ ਵਿੱਚ ਜਾਣਗੇ ਤਾਂ ਇਹਨਾਂ ਨੂੰ ਆਪਣੀ ਲੋਕ ਸਭਾ ਦੀ ਜਿਹੜੀ MLA ਦੀ ਸੀਟ ਉਹ ਛੱਡਣੀ ਪਊਗੀ ਤੇ ਹੁਣ ਉਹ ਸੀਟ ਛੱਡਣਗੇ ਤਾਂ ਉਹ ਸੀਟ ਵੇਕੈਂਟ ਹੋ ਜੂਗੀ ਤੇ ਉੱਥੇ ਹੁਣ ਦੁਬਾਰਾ ਤੋਂ ਬਾਈ ਇਲੈਕਸ਼ਨ ਹੋਣਗੀਆਂ, ਦੁਬਾਰਾ ਇਲੈਕਸ਼ਨ ਹੋਣਗੀਆਂ ਤੇ ਉੱਥੇ ਇੱਕ ਨਵਾਂ ਕੈਂਡੀਡੇਟ ਖੜਾ ਕੇ ਵਿਧਾਨ ਸਭਾ ਦੇ ਵਿੱਚ ਜਿਤਿਆ ਕੇ ਉਹਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਊਗਾ। ਇਹ ਸੀਗਾ ਜੀ ਬਾਈ ਇਲੈਕਸ਼ਨ ਦਾ ਕਨਸੈਪਟ। ਦੂਜੀ ਟਰਮ ਆ ਗਈ ਜੀ ਮਿਡ ਟਰਮ ਇਲੈਕਸ਼ਨ। ਇਹ ਕੀ ਹੁੰਦੇ ਨੇ? ਇਹ ਫਰਜ਼ ਕਰੋ ਮਿਡ ਟਰਮ ਦਾ ਪਹਿਲੀ ਗੱਲ ਮਤਲਬ ਇਹ ਨਹੀਂ ਹੈਗਾ ਵੀ ਇਹ ਮਤਲਬ 5 ਸਾਲਾਂ ਦੇ ਵਿੱਚ 2.5 ਸਾਲ ਬਾਅਦ ਮਤਲਬ ਮਿਡ ਚ ਹੋਣਗੇ ਜਾ ਕੇ, ਇਹ ਕੋਈ ਮਤਲਬ ਨਹੀਂ ਹੈਗਾ। ਇਹ ਐਂ ਕਹਿੰਦਾ ਜੀ ਕੋਈ ਵੀ ਹੰਗ ਪਾਰਲੀਮੈਂਟ ਬਣ ਜੇ, ਹੰਗ ਪਾਰਲੀਮੈਂਟ ਦਾ ਮਤਲਬ ਇਹ ਹੁੰਦਾ ਵੀ ਕੋਈ ਪਾਰਟੀ ਹੈਗੀ ਜਿਹੜੀ ਉਹ ਇਸ ਟਾਈਮ ਪਾਵਰ 'ਚ ਹੈਗੀ, ਫਰਜ਼ ਕਰੋ BJP ਪਾਵਰ 'ਚ ਹੈ, ਉਹਦੇ ਕੋਲ ਇੰਨੀਆਂ ਸੀਟਾਂ ਨਹੀਂ ਹੈਗੀਆਂ ਮਤਲਬ ਆਪਦਾ ਕੌਨਫੀਡੈਂਸ ਨਾ ਪ੍ਰੂਵ ਕਰਨ, ਕੌਨਫੀਡੈਂਸ ਉਹਨਾਂ ਦਾ ਸਰਕਾਰ ਦੇ ਮਤਲਬ ਪਾਰਲੀਮੈਂਟ ਦੇ ਵਿੱਚ ਘੱਟ ਜੇ ਤੇ ਉਹਨਾਂ ਦੇ ਫਰਜ਼ ਕਰੋ ਸਰਕਾਰ ਡਿੱਗ ਜੇ ਕਿਸੇ ਕਾਰਨ, ਠੀਕ ਹੈ, ਮਤਲਬ ਆਪਦੀ ਮੈਜੋਰਟੀ ਨਾ ਪ੍ਰੂਵ ਕਰ ਪਾਉਣ, ਠੀਕ ਹੈ, ਜਿਹੜੀ BJP ਪਾਰਟੀ ਹੈ, ਤਾਂ ਕੀ ਹੋਊਗਾ? ਉਹਨਾਂ ਨੂੰ ਇੱਕ ਵਾਰ ਵੈਸੇ ਮੈਜੋਰਟੀ ਪ੍ਰੂਵ ਕਰਨ ਦਾ ਮੌਕਾ ਵੀ ਦਿੱਤਾ ਜਾਊਗਾ ਤੇ ਫਰਜ਼ ਕਰੋ ਜੇ ਉਹ ਫੇਰ ਵੀ ਨਹੀਂ ਪ੍ਰੂਵ ਕਰ ਪਾਉਂਦੇ ਤਾਂ ਉੱਥੇ ਇਲੈਕਸ਼ਨ ਹੁਣ ਦੁਬਾਰਾ ਤੋਂ ਲੋਕ ਸਭਾ ਦੇ ਇਲੈਕਸ਼ਨ ਹੋਣਗੀਆਂ, ਉਹਨੂੰ ਕਹਿੰਦੇ ਨੇ ਜੀ ਮਿਡ ਟਰਮ ਇਲੈਕਸ਼ਨ, ਠੀਕ ਹੈ। ਇਹ ਇਸ ਕੇਸ ਦੇ ਵਿੱਚ ਹੁੰਦਾ, ਠੀਕ ਹੈ।
ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ EVM ਜਾਣੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਬਾਰੇ, ਠੀਕ ਹੈ। ਇਹਦੇ ਬਾਰੇ ਵੀ ਆਪਾਂ ਪੜ੍ਹ ਲਈਏ, ਕਾਫੀ ਜ਼ਿਆਦਾ ਨਿਊਜ਼ 'ਚ ਰਹੀ ਹੈ ਕਿ ਦੇਖੋ ਜਿਹੜੀ EVM ਮਸ਼ੀਨ ਹੈ ਇਹਦੇ ਦੋ ਯੂਨਿਟਸ ਹੁੰਦੇ ਨੇਗੇ। ਪਹਿਲੀ ਯੂਨਿਟ ਤਾਂ ਹੈਗੀ ਜੀ ਕੰਟਰੋਲ ਯੂਨਿਟ, ਇਹ ਜਿਹੜਾ ਪ੍ਰਿਸਾਈਡਿੰਗ ਆਫਿਸਰ ਹੁੰਦਾ ਇਲੈਕਸ਼ਨ ਦਾ ਉਹਦੇ ਕੰਟਰੋਲ ਦੇ ਵਿੱਚ ਹੁੰਦੀ ਹੈ। ਤੇ ਇੱਕ ਗੱਲ ਹੋਰ ਇੰਪੋਰਟੈਂਟ ਹੈ ਕਿ ਜਿਹੜੀ ਇਹਦੇ ਵਿੱਚ ਜਿਹੜਾ ਵੀ ਡਾਟਾ ਸਟੋਰ ਹੁੰਦਾ ਉਹ 10 ਸਾਲ ਤੱਕ ਇਹਦੇ ਵਿੱਚ ਸਟੋਰ ਰਹਿ ਸਕਦਾ ਬਿਨਾਂ ਇਲੈਕਟ੍ਰੀਸਿਟੀ ਸਪਲਾਈ ਤੋਂ, ਠੀਕ ਹੈ। ਮਤਲਬ ਜਿਹੜੇ ਵੀ ਇਹਦੇ ਵਿੱਚ ਵੋਟਾਂ ਹੋਣਗੀਆਂ ਕੈਂਡੀਡੇਟਸ ਨੂੰ ਪਾਈਆਂ ਹੋਣਗੀਆਂ ਉਹ ਸਾਰੀਆਂ 10 ਸਾਲ ਤੱਕ ਸਟੋਰ ਰਹਿ ਸਕਦੀਆਂ ਨੇ, ਠੀਕ ਹੈ। ਇਹ ਸਾਰਾ ਕੁਝ ਮਤਲਬ ਜਿਹੜੀ ਆਪਾਂ ਵੋਟ ਆਪਾਂ ਪਾਉਣ ਜਾਂਦੇ ਹੈਗੇ ਆਪਣੇ ਪੋਲਿੰਗ ਬੂਥ ਦੇ ਵਿੱਚ, ਉਹ ਜਿਹੜੀ ਵੋਟ ਆਪਾਂ ਪਾਉਂਦੇ ਹਾਂ ਉਹ ਆਹ ਕੰਟਰੋਲ ਯੂਨਿਟ ਹੈਗੀ ਜਿਹੜੀ ਇਹਦੇ ਵਿੱਚ ਜਾ ਕੇ ਸਟੋਰ ਹੋ ਜੂਗੀ। ਤੇ ਬਾਅਦ ਵਿੱਚ ਜਦੋਂ ਵੋਟਾਂ ਦਾ ਰਿਜ਼ਲਟ ਆਉਣਾ ਹੁੰਦਾ ਜਿਹੜੇ ਦਿਨ ਉਹ ਜਦੋਂ ਉਹ EVM ਮਸ਼ੀਨ ਨੂੰ ਗਿਣਦੇ ਨੇ ਨਾ ਤਾਂ ਆਹ ਮਸ਼ੀਨ ਨੂੰ ਖੋਲ ਕੇ ਇਹਦੀਆਂ ਵੋਟਾਂ ਗਿਣਦੇ ਨੇ, ਠੀਕ ਹੈ, ਜਿਹੜੀ ਆ ਕੰਟਰੋਲ ਯੂਨਿਟ ਹੈਗੀ, ਠੀਕ ਹੈ। ਦੂਜੀ ਯੂਨਿਟ ਆ ਗਈ EVM ਦੀ ਬੈਲਟਿੰਗ ਯੂਨਿਟ। ਇਹ ਕੀ ਚੀਜ਼ ਹੁੰਦੀ ਹੈ, ਦੇਖੋ ਜਿਹੜੀ ਆਹ ਪਈ ਹੈ ਨਾ ਬੈਲਟ, ਇਹਨੂੰ ਕਹਿੰਦੇ ਨੇ ਬੈਲਟਿੰਗ ਯੂਨਿਟ। ਇਹ ਕੀ ਹੈ, ਜਿਹੜੇ ਮਤਲਬ ਬਟਨ ਨੂੰ ਆਪਾਂ ਪ੍ਰੈਸ ਕਰਦੇ ਆ ਜਾ ਕੇ, ਹਨਾ, ਵੀ ਆਪਾਂ ਆਹ ਕੈਂਡੀਡੇਟ ਨੂੰ ਵੋਟ ਪਾਈ ਹੈ, ਫਰਜ਼ ਕਰੋ ਮੈਂ ਭਗਵੰਤ ਮਾਨ ਨੂੰ ਪਾਈ ਹੈ, ਮੈਂ ਸੁਖਬੀਰ ਬਾਦਲ ਨੂੰ ਪਾਈ ਹੈ, ਜਿਹਨੂੰ ਵੀ ਵੋਟ ਪਾਈ ਹੈ, ਇਹ 16 ਬਟਨ ਹੁੰਦੇ ਨੇਗੇ, ਠੀਕ ਹੈ, ਲੱਗੇ ਹੋਏ ਇੱਕ ਬੈਲਟਿੰਗ ਯੂਨਿਟ ਦੇ ਵਿੱਚ। ਤਾਂ ਆਪਾਂ ਜਿਹੜਾ ਆਪਣਾ ਮਰਜ਼ੀ ਦਾ ਕੈਂਡੀਡੇਟ ਹੁੰਦਾ ਜਿਹਨੂੰ ਆਪਾਂ ਵੋਟ ਪਾਉਣੀ ਹੁੰਦੀ ਹੈ, ਆਪਾਂ ਇਸ ਬਟਨ ਦੇ ਵਿੱਚ ਜਾ ਕੇ ਉਹ ਪ੍ਰੈਸ ਕਰ ਦੇਣਾ ਤੇ ਵੋਟ 30 ਸਕਿੰਟ ਦੇ ਵਿੱਚ ਇੱਕ ਵੋਟ ਪੈਂਦੀ ਹੈ ਤੇ ਉਹ ਵੋਟ ਜਾ ਕੇ ਆਹ ਕੰਟਰੋਲ ਯੂਨਿਟ ਦੇ ਵਿੱਚ ਸਟੋਰ ਹੋ ਜਾਂਦੀ ਹੈ, ਠੀਕ ਹੈ। ਤੇ ਇਹ 'ਚ ਦੱਸਿਆ ਵੀ ਇੱਕ ਬੈਲਟਿੰਗ ਯੂਨਿਟ ਹੈ ਜਿਹੜੀ ਆਹ ਡੱਬਾ ਜਿਹਾ ਬਣਿਆ ਹੋਇਆ, ਇਹਦੇ ਵਿੱਚ ਮਤਲਬ 16 ਬਟਨ ਹੁੰਦੇ ਨੇ ਤੇ ਮੈਕਸਿਮਮ 4 ਬੈਲਟਿੰਗ ਯੂਨਿਟ ਇੱਕ ਟਾਈਮ ਤੇ ਜੁਆਇਨ ਹੋ ਸਕਦੇ ਨੇ। ਇਹਦਾ ਮਤਲਬ ਇਹ ਕਹਿੰਦਾ ਹੈ ਵੀ 16x4 ਇੱਕ ਇੱਕ ਕੰਸਟੀਟੂਐਂਸੀ ਦੇ ਵਿੱਚ, ਮਤਲਬ ਇੱਕ ਇਹ ਜਿਹੜੀ ਇੱਕ ਇੱਕ ਸੈਟਅਪ ਹੈਗਾ ਇਹਦੇ ਵਿੱਚ ਵੱਧ ਤੋਂ ਵੱਧ ਇਹ ਮਸ਼ੀਨ ਹੈਗੀ ਜਿਹੜੀ ਇਹ 64 ਕੈਂਡੀਡੇਟਸ ਨੂੰ ਹੈਂਡਲ ਕਰ ਸਕਦੀ ਹੈ। ਇਹ ਸੀਗਾ ਇਹਦਾ ਤੇ ਕਨਸੈਪਟ। ਤੇ ਹੁਣ ਆਪਾਂ ਕੁਝ ਕੁ ਹੋਰ ਇਹਦੇ ਬਾਰੇ ਪੜ੍ਹ ਲੈਣੇ EVM ਦੇ ਹੋਰ ਫੀਚਰਸ ਬਾਰੇ। ਦੇਖੋ ਇੱਕ ਕਹਿੰਦੇ ਪਹਿਲਾਂ ਆ ਗਿਆ ਜੇ ਕੋਈ ਮਤਲਬ EVM ਖਰਾਬ ਹੋ ਜਾਂਦੀ ਹੈ ਤਾਂ ਉੱਥੇ ਜ਼ਰੂਰੀ ਨਹੀਂ ਹੈਗਾ, ਮਤਲਬ ਜ਼ਰੂਰੀ ਨਹੀਂ ਵੀ ਦੁਬਾਰ ਤੋਂ ਪੋਲਿੰਗ ਸਟਾਰਟ ਕਰਨੀ ਪਵੇ, ਇਹ ਕੋਈ ਚੱਕਰ ਨਹੀਂ ਹੈਗਾ। ਕੀ ਕਰਨਗੇ, ਇੱਕ ਹੋਰ ਸੈਪਰੇਟ EVM ਮਸ਼ੀਨ ਲਾ ਦੇਣਗੇ ਤੇ ਪੋਲਿੰਗ ਹੈਗੀ ਜਿਹੜੀ ਉਹ ਦੁਬਾਰ ਤੋਂ ਉੱਥੋਂ ਹੀ ਕੰਟੀਨਿਊ ਕਰ ਲਾਂਗੇ, ਠੀਕ ਹੈ। ਤੇ ਉਸ ਤੋਂ ਇਲਾਵਾ ਜਿਹੜੀ ਇਹ EVM ਮਸ਼ੀਨ ਹੈਗੀ ਇਹਨੂੰ ਓਵਰ ਰਾਈਟ ਅਲਟਰ ਤੇ ਕਾਪੀ ਇਹ ਨਹੀਂ ਕਰਿਆ ਜਾ ਸਕਦਾ, ਠੀਕ ਹੈ। ਤੇ ਉਸ ਤੋਂ ਇਲਾਵਾ ਕੋਈ ਵੀ ਨੈਟਵਰਕ ਹੈਗਾ ਇੰਟਰਨੈਟ ਨੈਟਵਰਕ ਉਹਦੇ ਨਾਲ ਇਹਨੂੰ ਕਨੈਕਟ ਨਹੀਂ ਕਰਿਆ ਜਾ ਸਕਦਾ, ਮਤਲਬ ਇਹਨੂੰ ਲੈਨ ਜਾਂ ਵਾਈਫਾਈ ਦੇ ਨਾਲ ਹੈਕ ਨਹੀਂ ਕਰਿਆ ਜਾ ਸਕਦਾ ਜਿਹੜੀ EVM ਮਸ਼ੀਨਾਂ ਨੇਗੇ, ਠੀਕ ਹੈ। ਤੇ ਉਸ ਤੋਂ ਇਲਾਵਾ ਇੱਕ ਇੰਪੋਰਟੈਂਟ ਕੇਸ ਹੈਗਾ ਜਿਹੜਾ ਚੌਥੇ ਇੰਪੋਰਟੈਂਟ ਬਣਦਾ, ਫਰਜ਼ ਕਰੋ ਕਿਸੇ ਜਗ੍ਹਾ ਤੇ ਕਿਸੇ ਮਤਲਬ ਕਿਸੇ ਸਟੇਟ ਦੇ ਵਿੱਚ ਸੇਮ ਟਾਈਮ ਤੇ ਲੋਕ ਸਭਾ ਤੇ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣ, ਜਿਵੇਂ ਇਸ ਵਾਰ ਹੋਇਆ। ਇਸ ਵਾਰ ਕੀ ਹੋਇਆ ਸੀਗਾ, ਜਿਹੜੀ ਲੋਕ ਸਭਾ ਦੀ ਇਲੈਕਸ਼ਨ ਤਾਂ ਹੈਗੀਆਂ ਸੀਗੀਆਂ, ਉਸ ਤੋਂ ਇਲਾਵਾ 4 ਸਟੇਟਾਂ ਦੀਆਂ ਵਿਧਾਨ ਸਭਾ ਦੀ ਚੋਣਾਂ ਵੀ ਸੀਗੀਆਂ, ਠੀਕ ਹੈ। ਉਹ ਮੈਂ ਤੁਹਾਨੂੰ ਦੱਸੂਗਾ ਅੱਗੇ ਜਾ ਕੇ 2-4 ਸਲਾਈਡਾਂ ਬਾਅਦ ਵੀ ਕਿੱਥੇ ਕਿੱਥੇ ਵਿਧਾਨ ਸਭਾ ਦੀ ਇਲੈਕਸ਼ਨ ਹੋਈਆਂ। ਦੇਖੋ ਉਦੋਂ ਕੀ ਹੋਊਗਾ, ਮਤਲਬ ਜਦੋਂ ਕਿਸੇ ਸਟੇਟ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੀ ਇਲੈਕਸ਼ਨ ਦੋਵੇਂ ਇਕੱਠੀਆਂ ਜਾਣ, ਉਦੋਂ ਕੀ ਹੋਊਗਾ, ਉਦੋਂ ਜਿਹੜਾ ਬੈਲਟਿੰਗ ਯੂਨਿਟ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਪਿੱਛੇ ਪੜ੍ਹਾਈ ਹੈਗੀ, ਉਸੇ ਮਤਲਬ ਇੱਕੋ ਬੈਲਟਿੰਗ ਮਸ਼ੀਨ ਹੁੰਦੀ ਹੈ ਜਿਹੜੀ ਇੱਕੋ EVM ਉਹੀ ਯੂਜ਼ ਹੋ ਸਕਦੀ ਹੈ। ਉਹ 'ਚ ਕੀ ਕਰਨਗੇ, ਉਹਨੂੰ ਡਿਵਾਈਡ ਕਰ ਲੈਣਗੇ, ਮਤਲਬ ਉੱਪਰ ਤਾਂ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਹੋਣਗੇ ਹਨਾ ਉਹ ਪਲੇਸ ਕਰ ਦੇਣਗੇ, ਤੇ ਨੀਚੇ ਜਿਹੜੇ ਵਿਧਾਨ ਸਭਾ ਦੇ ਕੈਂਡੀਡੇਟ ਹੋਣਗੇ ਉਹ ਪਲੇਸ ਕਰ ਦੇਣਗੇ, ਤੇ ਜਿਹੜਾ ਨੋਟਾ ਦੀ ਆਪਸ਼ਨ ਹੁੰਦੀ ਹੈ ਵੀ ਆਪਾਂ ਕਿਸੇ ਨੂੰ ਸਿਲੈਕਟ ਕਰਨਾ ਹਨਾ ਉਹਨੂੰ ਮਤਲਬ ਦੋ ਵਾਰ ਲੋਕ ਸਭਾ ਦੇ ਮਤਲਬ ਕੈਂਡੀਡੇਟਸ ਦੇ ਅਲੱਗ ਤੋਂ ਬਟਨ ਹੋਊਗਾ ਆਹ ਜਿੱਥੇ ਮੇਰਾ ਕਰਸਰ ਘੁੰਮ ਰਿਹਾ, ਤੇ ਵਿਧਾਨ ਸਭਾ ਦੇ ਜਿਹੜੇ ਮਤਲਬ ਕੈਂਡੀਡੇਟ ਹੋਣਗੇ ਉਹਨਾਂ ਦੇ ਲਈ ਕਰਸਰ ਅਲੱਗ ਹੋਊਗਾ, ਠੀਕ ਹੈ। ਤਾਂ ਕਿ ਮਤਲਬ ਇਹ ਕਹਿੰਦਾ ਜੀ ਇੱਕੋ ਮਸ਼ੀਨ ਦੇ ਉੱਪਰ ਹੀ ਦੋਹੇ ਇਲੈਕਸ਼ਨਸ ਕੰਡਕਟ ਕਰੇ ਜਾ ਸਕਦੇ ਨੇਗੇ, ਲੋਕ ਸਭਾ ਤੇ ਵਿਧਾਨ ਸਭਾ ਦੇ, ਠੀਕ ਹੈ। ਤੇ ਉਸ ਤੋਂ ਇਲਾਵਾ ਇੱਕ ਇੰਪੋਰਟੈਂਟ ਗੱਲ ਆਪਾਂ ਸੁਣਦੇ ਆ ਵੀ ਬੂਥ ਕੈਪਚਰਿੰਗ, ਇਹ ਜਿਹੜੀ EVM ਮਸ਼ੀਨ ਹੈਗੀ ਇਹ ਬੂਥ ਇਹਦੇ ਨਾਲ ਇਹ ਲਿਆਉਣ ਦੇ ਨਾਲ ਜਿਹੜੀ ਬੂਥ ਕੈਪਚਰਿੰਗ ਹੈਗੀ ਉਹ ਕਿਵੇਂ ਘੱਟ ਘੱਟ ਘੱਟਦੀ ਘਟੀ ਹੈ ਤੇ ਕਿਵੇਂ ਉਹਨੂੰ ਮਤਲਬ ਰੋਕਿਆ ਜਾ ਸਕਦਾ, ਠੀਕ ਹੈ। ਦੇਖੋ ਕੀ ਚੀਜ਼ ਹੈਗੀ ਜਿਹੜੀ ਇਹ EVM ਮਸ਼ੀਨ ਹੈਗੀ ਇਹ 1 ਮਿੰਟ ਦੇ ਵਿੱਚ ਸਿਰਫ 5 ਵੋਟਾਂ ਹੀ ਪਾ ਸਕਦੀ ਹੈ, ਠੀਕ ਹੈ। ਹੁਣ ਇਹਦਾ ਕੀ ਹੋਊਗਾ, ਫਰਜ਼ ਕਰੋ ਕੋਈ ਗੁੰਡੇ ਬਦਮਾਸ਼ ਆ ਗਏ ਕਿਸੇ ਬੂਥ ਦੇ ਵਿੱਚ ਕੈਪਚਰ ਕਰਨ, ਉਹ ਜਾਲੀ ਵੋਟਾਂ ਪਾਉਣ ਲੱਗ ਗਏ, ਤਾਂ ਹੁਣ ਦੇਖੋ ਇੱਕ ਅੱਧੇ ਘੰਟੇ ਦੇ ਵਿੱਚ ਸਿਰਫ ਉਹ, ਹੁਣ ਮੈਂ ਤੁਹਾਨੂੰ ਦੱਸਿਆ ਨਾ ਵੀ 1 ਮਿੰਟ 'ਚ ਇਹ ਜਿਹੜੀ ਮਸ਼ੀਨ ਹੈਗੀ EVM ਇਹ ਸਿਰਫ 5 ਵੋਟਾਂ ਪਾ ਸਕਦੀ ਹੈ, ਇਹਦਾ ਮਤਲਬ ਅੱਧੇ ਘੰਟੇ ਦੇ ਵਿੱਚ ਉਹ ਜਿਹੜੇ ਬੰਦੇ ਹੋਣਗੇ ਉਹ ਸਿਰਫ 150 ਵੋਟਾਂ ਹੀ ਪਾ ਸਕਦੇ ਨੇ, ਤੇ ਇੰਨੇ ਤੱਕ ਦਾ ਪੁਲਿਸ ਆਜੂਗੀ ਤੇ ਉਹਨਾਂ ਨੂੰ ਫੜ ਕੇ ਲੈ ਜੂਗੀ। ਇਹਦਾ ਮਤਲਬ ਜਿਹੜੀ ਬੂਥ ਕੈਪਚਰਿੰਗ ਹੈਗੀ ਉਹ ਹੁਣ ਡਿਫਿਕਲਟ ਕਾਫੀ ਜ਼ਿਆਦਾ ਡਿਫਿਕਲਟ ਹੋ ਗਈ, ਠੀਕ ਹੈ, ਅੱਗੇ ਵਾਲਾ ਕੰਮ ਨਹੀਂ ਰਿਹਾ। ਇਸ ਤੋਂ ਇਲਾਵਾ ਕੁਝ ਕੁ ਫੈਕਟਸ ਨੇਗੇ, ਜਿਹੜੀ ਇੱਕ EVM ਮਸ਼ੀਨ ਹੈਗੀ ਇਹ 3840 ਵੋਟਾਂ ਮਤਲਬ ਮੈਕਸੀਮਮ ਇਹਦੇ ਵਿੱਚ ਪੈ ਸਕਦੇ ਨੇ, ਤੇ 64 ਕੈਂਡੀਡੇਟਸ ਮੈਂ ਪਿੱਛੇ ਪੜਾਇਆ ਸੀਗਾ ਤੁਹਾਨੂੰ ਵੀ 64 ਕੈਂਡੀਡੇਟਸ ਨੂੰ ਇੱਕ ਟਾਈਮ ਤੇ ਇਹ ਮੈਕਸੀਮਮ ਹੈਂਡਲ ਕਰ ਸਕਦੀ ਹੈ। ਤੇ ਇੱਕ ਹੋਰ ਇੰਪੋਰਟੈਂਟ ਕੁਐਸਚਨ, ਇਹ ਕਾਫੀ ਬੱਚੇ ਕਨਫਿਊਜ਼ ਹੁੰਦੇ ਨੇ ਵੀ EVM ਮਸ਼ੀਨ ਆਪਾਂ ਕਿਸੇ ਬਾਹਰਲੀ ਕੰਟਰੀ ਤੋਂ ਬੋਰੋ ਕਰੀਏ ਨੇ, ਆਪਾਂ ਕਿਤੋਂ ਨਹੀਂ ਬੋਰੋ ਕਰੀਆਂ, ਇਹ ਇੰਡੀਆ ਦੇ ਵਿੱਚ ਹੀ ਬਣਾਈਆਂ ਗਈਆਂ ਨੇਗੇ। ਦੋ ਕੰਪਨੀਆਂ ਨੇ ਕਿਹੜੀਆਂ ਨੇ, ਇੱਕ ਹੈਗਾ ਜੀ ਭਾਰਤ ਇਲੈਕਟ੍ਰੋਨਿਕਸ ਲਿਮਿਟਡ ਤੇ ਦੂਜੀ ਹੈਗੀ ਜੀ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ। ਇਹ ਦੋ ਕੰਪਨੀ
ਤੇ ਪਹਿਲੀ ਵਾਰ ਫੁੱਲੀ ਕਿਸੇ ਪੂਰੀ ਸਟੇਟ ਦੇ ਵਿੱਚ ਯੂਜ਼ ਹੋਈਆਂ ਸੀਗੀਆਂ, ਉਹ ਹੋਈਆਂ ਸੀਗੀਆਂ ਗੋਆ ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ। ਠੀਕ ਹੈ, ਇਹ ਇੰਪੋਰਟੈਂਟ ਮਤਲਬ ਫੈਕਟਸ ਨੇਗੇ, ਤੁਸੀਂ ਯਾਦ ਰੱਖ ਲਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਪੈਟ ਮਸ਼ੀਨ ਦੀ, ਜਿਹਦਾ ਫੁੱਲ ਫੋਰਮ ਹੈਗੀ ਹੈ ਵੋਟਰ ਵੇਰੀਫਾਈਏਬਲ ਪੇਪਰ ਆਡੀਓ ਟ੍ਰਾਇਲ। ਇਹ ਕੀ ਕਹਿੰਦਾ, ਜਦੋਂ ਤੁਸੀਂ ਈਵੀਐਮ ਮਸ਼ੀਨ ਦੇ ਵਿੱਚ ਆਪਣਾ ਬਟਨ ਪ੍ਰੈਸ ਕਰਦੇ ਹੋ ਬੈਲਟਿੰਗ ਯੂਨਿਟ ਦੇ ਵਿੱਚ, ਤੁਸੀਂ ਫਲਾਣੇ ਕੈਂਡੀਡੇਟ ਨੂੰ ਵੋਟ ਪਾਈ, ਠੀਕ ਹੈ, ਤਾਂ ਕੀ ਹੋਊਗਾ, ਉਸ ਕੈਂਡੀਡੇਟ ਨੂੰ ਜਿਹਨੇ ਤੁਸੀਂ ਵੋਟ ਪਾਈ ਹੈ ਉਹਦਾ ਨਾਮ ਤੇ ਉਹਦਾ ਜਿਹੜਾ ਚੋਣ ਨਿਸ਼ਾਨ ਹੋਊਗਾ। ਫੋਰ ਐਗਜ਼ਾਮਪਲ, ਅਕਾਲੀ ਦਲ ਦੀ ਤੱਕੜੀ ਹੈਗੀ, ਕਾਂਗਰਸ ਦਾ ਪੰਜਾ ਹੈ, ਝਾੜੂ ਮਤਲਬ ਆਮ ਆਦਮੀ ਪਾਰਟੀ ਦਾ ਝਾੜੂ ਹੈ, ਉਹਦਾ ਉਹ ਕੈਂਡੀਡੇਟ ਦਾ ਨਾਮ ਤੇ ਉਹਦਾ ਜਿਹੜਾ ਇਲੈਕਸ਼ਨ ਸਿੰਬਲ ਹੋਊਗਾ। ਠੀਕ ਹੈ, ਉਹਦੀ ਫੋਟੋ ਇਹ ਵੀਵੀ ਪੈਟ ਮਸ਼ੀਨ ਦੇ ਵਿੱਚ ਤੁਹਾਨੂੰ ਸ਼ੋ ਹੋਊਗੀ 7 ਸਕਿੰਟਾਂ ਤੱਕ। ਠੀਕ ਹੈ, ਉਹ ਮਤਲਬ ਤੁਹਾਨੂੰ ਇੱਕ ਤੁਹਾਨੂੰ ਵੀ ਇੱਕ ਤਰ੍ਹਾਂ ਦੀ ਮਤਲਬ ਸ਼ੋਰਟੀ ਹੋ ਜਾਊਗੀ ਵੀ ਜਿਹੜੇ ਬੰਦੇ ਨੂੰ ਅਸੀਂ ਵੋਟ ਪਾਈ ਹੈਗੀ ਉਸੇ ਨੂੰ ਹੀ ਪਈ ਹੈ, ਕੋਈ ਸਾਨੂੰ ਮਨ 'ਚ ਤੁਹਾਡੇ ਸ਼ੰਕਾ ਤਾਂ ਨਹੀਂ ਰਹਿਣੀ ਵੀ ਸਾਡੀ ਵੋਟ ਕਿਸੇ ਹੋਰ ਕੈਂਡੀਡੇਟ ਤੋਂ ਨਹੀਂ ਪਾ ਗਈ ਵੀ, ਕਿਉਂਕਿ ਮਸ਼ੀਨਾਂ ਤਾਂ ਨਹੀਂ ਹੈਕ ਹੋਈਆਂ। ਸੋ ਇਹ ਸ਼ੰਕਾ ਵੀ ਆਪਣੀ ਦੂਰ ਹੋ ਗਈ। ਤੇ ਇਸ ਤੋਂ ਇਲਾਵਾ ਜਿਹੜੀ ਉਹ ਸਲਿੱਪ ਹੋਊਗੀ ਉਸ ਤੋਂ ਬਾਅਦ ਇੱਕ ਬਾਕਸ ਦੇ ਵਿੱਚ ਆਪਣੇ ਆਪ ਜਾ ਕੇ ਇਹ ਡਿੱਗ ਜੂਗੀ। ਜਿਹੜੀਆਂ ਸਲਿੱਪਸ ਹੁੰਦੇ ਨੇਗੀਆਂ ਇਹਦੀਆਂ ਵੀਵੀ ਪੈਟ ਮਸ਼ੀਨ ਦੀਆਂ, ਇਹਨੂੰ ਇਲੈਕਸ਼ਨ ਕਮਿਸ਼ਨਰ ਜਿਹੜੀਆਂ ਵੋਟਾਂ ਪੈਂਦੀਆਂ ਨੇਗੀਆਂ ਉਦੋਂ ਮਤਲਬ ਇੱਕ ਤਰ੍ਹਾਂ ਦੀ ਕ੍ਰੋਸ ਚੈਕਿੰਗ ਦੇ ਲਈ ਇਹ ਵਰਤੇ ਜਾਂਦੀਆਂ ਨੇਗੀਆਂ। ਤੇ ਪਹਿਲੀ ਵਾਰ ਜਿਹੜੀਆਂ ਮਸ਼ੀਨਾਂ ਸੀਗੀਆਂ ਇਹ ਨਾਗਾਲੈਂਡ ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਯੂਜ਼ ਹੋਈਆਂ ਸੀਗੀਆਂ 2013 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਇੱਕ ਕਨਸੈਪਟ ਆਇਆ ਸੀਗਾ ਈਵੀਐਮ ਟੋਟਲਾਈਜ਼ਰ ਦਾ, ਇਹ ਇੰਪੋਰਟੈਂਟ ਹੈਗਾ। ਇਹ ਕੀ ਚੀਜ਼ ਸੀਗੀ, ਦੇਖੋ ਇਹ ਕਹਿੰਦਾ ਇਹ ਜਿਹੜਾ ਈਵੀਐਮ ਟੋਟਲਾਈਜ਼ਰ ਹੁੰਦਾ ਹੈ, ਮੈਂ ਤੁਹਾਨੂੰ ਡਾਇਗ੍ਰਾਮ 'ਚ ਦਿਖਾਊਂਗਾ, ਇਹ ਕੀ ਕਰਦਾ, ਦੇਖੋ ਇਹਦੇ ਕੀ ਹੋਊਗਾ, ਇਹ ਜਿੰਨੇ ਵੀ ਵੋਟਾਂ ਹੋਣਗੀਆਂ ਮਤਲਬ ਕਾਫੀ ਜ਼ਿਆਦਾ ਜਿਹੜੀ ਈਵੀਐਮ ਮਸ਼ੀਨਾਂ ਹੋਣਗੀਆਂ ਉਹਦੀਆਂ, ਇਹਦੇ ਨਾਲ ਕੀ ਹੋਊਗਾ, ਉਹਦੀਆਂ ਵੋਟਾਂ ਜਿੰਨੇ ਵੀ ਈਵੀਐਮ ਮਸ਼ੀਨਸ ਹੋਣਗੀਆਂ ਉਹ ਸਾਰੀਆਂ ਮਤਲਬ ਵੋਟਾਂ ਨੂੰ ਇੱਕ ਮਤਲਬ ਇੱਕ ਟੋਟਲਾਈਜ਼ਰ ਹੋਊਗਾ ਉਹਦੇ ਵਿੱਚ ਸਟੋਰ ਕਰੀਆਂ ਜਾਣਗੀਆਂ। ਠੀਕ ਹੈ, ਤੇ ਬਾਅਦ 'ਚੋਂ ਜਿਹੜਾ ਉਹ ਟੋਟਲਾਈਜ਼ਰ ਹੋਊਗਾ ਉਹਦੀਆਂ ਵੋਟਾਂ ਹੀ ਗਿਣੀਆਂ ਜਾਣਗੀਆਂ। ਠੀਕ ਹੈ, ਤਾਂ ਕਿ ਜਿਹੜੇ ਇਕੱਲੇ ਇਕੱਲੇ ਪੋਲਿੰਗ ਬੂਥ 'ਤੇ ਜਾ ਕੇ ਜਿਹੜੇ ਇਕੱਲੇ ਇਕੱਲੇ ਈਵੀਐਮ ਮਸ਼ੀਨ ਹੋਊਗੀ ਉਹਦੀਆਂ ਵੋਟਾਂ ਨਾ ਗਿਣੀਆਂ ਪੈਣ, ਉਹ ਸਾਰੀਆਂ ਵੋਟਾਂ ਇੱਕੋ ਟੋਟਲਾਈਜ਼ਰ ਦੇ ਵਿੱਚ ਗਿਣੀਆਂ ਜਾਣ। ਠੀਕ ਹੈ, ਇਹ ਹੈਗੇ ਜੀ ਈਵੀਐਮ ਟੋਟਲਾਈਜ਼ਰ ਦਾ ਕਨਸੈਪਟ। ਇਹਨੂੰ ਲਿਆਂਦਾ ਕਿਉਂ ਗਿਆ ਹਾਲ ਤੱਕ, ਦੇਖੋ ਪਹਿਲੀ ਗੱਲ ਹੈ ਇੱਕ ਫਾਰਮ 20 ਹੁੰਦਾ ਹੈ, ਫਾਰਮ ਨੰਬਰ 20 ਹੁੰਦਾ, ਉਹ ਕੀ ਹੁੰਦਾ, ਉਹਦੇ ਵਿੱਚ ਕੀ ਲਿਖਿਆ ਹੁੰਦਾ, ਉਹਦੇ ਵਿੱਚ ਕੀ ਹੁੰਦਾ, ਜਿਹੜੇ ਵੀ ਮਤਲਬ ਵੋਟਾਂ ਤੋਂ ਬਾਅਦ ਰਿਜ਼ਲਟ ਆਉਂਦਾ ਹੈਗਾ, ਰਿਜ਼ਲਟ ਸ਼ੀਟ ਆਉਂਦੀ ਹੈਗੀ ਮਤਲਬ ਹਲਕਾ ਵਾਈਜ਼, ਠੀਕ ਹੈ, ਬਲਾਕ ਵਾਈਜ਼, ਉਹ ਸਾਰਿਆਂ ਦੀ ਡਿਟੇਲ ਦੱਸੀ ਹੁੰਦੀ ਹੈ ਵੀ ਕਿਹੜੇ ਕਿਹੜੇ ਕੈਂਡੀਡੇਟ ਨੇ ਕਿਹਨੂੰ ਕਿਹਨੂੰ ਵੋਟ ਪਾਈ। ਠੀਕ ਹੈ, ਤੇ ਹੁਣ ਜੇ ਇਹ ਕਨਸੈਪਟ ਆਪਾਂ ਲਿਆਂਦਾ ਤਾਂ ਇਹ ਜਿਹੜਾ ਫਾਰਮ ਨੰਬਰ 20 ਹੈ ਇਹਨੂੰ ਅਮੈਂਡ ਕਰਨਾ ਪਊਗਾ। ਬਟ ਜਿਹੜਾ ਇਹ ਫਾਰਮ ਨੰਬਰ 20 ਹੈ ਇਹ ਇੱਕ ਰੂਲਸ ਬਣੇ ਹੋਏ ਨੇ, ਉਹਦਾ ਨਾਮ ਹੈਗਾ ਜੀ ਕੰਡਕਟ ਆਫ ਇਲੈਕਸ਼ਨ ਰੂਲ 1961, ਇਹਦੇ ਵਿੱਚ ਇਹ ਲਿਖਿਆ ਹੋਇਆ। ਤੇ ਜਿਹੜੇ ਇਹ ਰੂਲਸ ਨੇਗੇ ਕੰਡਕਟ ਆਫ ਇਲੈਕਸ਼ਨ ਰੂਲਸ, ਇਹ ਬਕਾਇਦਾ ਆਰਪੀਏ ਐਕਟ ਦੇ ਵਿੱਚ ਲਿਖਿਆ ਹੈ। ਸੋ ਜਿਹੜਾ ਈਵੀਐਮ ਟੋਟਲਾਈਜ਼ਰ ਦਾ ਕਨਸੈਪਟ ਹੈ ਇਹਨੂੰ ਲਿਆਉਣ ਦੇ ਲਈ ਮਤਲਬ ਨੇਸ਼ਨ ਵਾਈਡ ਸਾਰੇ ਇੰਡੀਆ ਦੇ ਵਿੱਚ ਜਿਹੜੇ ਆ ਸਾਰੇ ਆਰਪੀ ਐਕਟ ਹੋ ਗਿਆ, ਇਲੈਕਸ਼ਨ ਕੰਡਕਟ ਆਫ ਇਲੈਕਸ਼ਨ ਰੂਲ ਹੋ ਗਏ ਸਾਰੇ, ਇਹਨੂੰ ਅਮੈਂਡ ਕਰਨਾ ਪਊਗਾ। ਤੇ ਥੋੜਾ ਜਿਹਾ ਡਿਫਿਕਲਟ ਟਾਸਕ ਹੈਗਾ, ਤਾਂ ਕਰਕੇ ਇਹ ਕਨਸੈਪਟ ਹਾਲੇ ਤੱਕ ਲਿਆਂਦਾ ਨਹੀਂ ਗਿਆ ਈਵੀਐਮ ਟੋਟਲਾਈਜ਼ਰ ਦਾ। ਆਹ ਲੱਗਿਆ ਹੋਇਆ ਜੀ ਈਵੀਐਮ ਟੋਟਲਾਈਜ਼ਰ, ਮਤਲਬ ਕਾਫੀ ਇਹ ਹਾਈਪੋਥੈਟੀਕਲ ਇੱਕ ਪਿਕਚਰ ਹੈਗੀ, ਤੇ ਮਤਲਬ ਕਾਫੀ ਮਤਲਬ ਮਸ਼ੀਨਾਂ ਹੋਣਗੀਆਂ ਜਿਹੜੀ ਈਵੀਐਮ ਮਸ਼ੀਨਾਂ, ਉਹਨਾਂ ਸਾਰਿਆਂ ਦੀ ਜਿਹੜੀ ਵੋਟਾਂ ਹੋਣਗੀਆਂ ਇਹਦੇ ਵਿੱਚ ਜਾ ਕੇ ਇਹ ਮਤਲਬ ਇਕੱਠੀਆਂ ਕਰ ਦੇਣਗੇ, ਤੇ ਇਹਨੂੰ ਇਹਦੇ ਵਿੱਚ ਜਿਹੜੇ ਵੋਟਾਂ ਪੈਣਗੀਆਂ ਉਹ ਸਾਰੀਆਂ ਇਹ ਬਾਅਦ ਦੇ ਵਿੱਚ ਗਿਣੀਆਂ ਜਾਣਗੀਆਂ। ਠੀਕ ਹੈ, ਹੁਣ ਲੋਕ ਸਭਾ ਦੇ ਇਲੈਕਸ਼ਨ ਦਾ ਆਪਾਂ ਡਿਸਕਸ ਕਰ ਲਿਆ, ਤੇ ਉਸ ਤੋਂ ਇਲਾਵਾ ਜਿਹੜੇ 4 ਸਟੇਟਾਂ ਦੇ ਵਿੱਚ ਅਸੈਂਬਲੀ ਇਲੈਕਸ਼ਨ ਹੋਈਆਂ ਨੇ ਇਹ ਆਪਾਂ ਭੁੱਲ ਜਾਣੇ, ਪਰ ਇੰਪੋਰਟੈਂਟ ਨੇਗੀਆਂ, ਆਪਾਂ ਇਹ ਵੀ ਡਿਸਕਸ ਕਰ ਲੈਣੇ। ਪਹਿਲੀ ਮਤਲਬ ਪਹਿਲੀ ਇਲੈਕਸ਼ਨ ਹੋਈਆਂ ਨੇ ਜੀ ਆਂਧਰਾ ਪ੍ਰਦੇਸ਼ ਦੇ ਵਿੱਚ, ਚੰਦਰਬਾਬੂ ਨਾਇਡੂ ਜੀ ਹਾਰ ਗਏ ਨੇ ਐਮਪੀ ਦਾ, ਕੀ ਉਹ ਤਾਂ ਹੁਣ ਸੀਐਮ ਵੀ ਨਹੀਂ ਰਹੇ ਆਂਧਰਾ ਪ੍ਰਦੇਸ਼ ਦੇ। ਠੀਕ ਹੈ, ਸੋ ਆਂਧਰਾ ਪ੍ਰਦੇਸ਼ ਦੇ ਨਵੇਂ ਸੀਐਮ ਹੈਗੇ ਨੇ ਜੀ ਜਗਨ ਮੋਹਨ ਰੈਡੀ, ਤੇ ਇਹਨਾਂ ਦੀ ਪਾਰਟੀ ਦਾ ਨਾਮ ਹੈਗਾ ਜੀ YSR ਕਾਂਗਰਸ ਪਾਰਟੀ। ਠੀਕ ਹੈ, ਉਸ ਤੋਂ ਬਾਅਦ ਉੜੀਸਾ ਸਟੇਟ ਦੇ ਵਿੱਚ ਇਲੈਕਸ਼ਨ ਹੋਏ ਨੇ, ਉੱਥੋਂ ਦੇ ਜਿਹੜੇ ਪਹਿਲਾਂ ਸੀਐਮ ਸੀਗੇ ਨਵੀਨ ਪਟਨਾਇਕ, ਬੀਜੂ ਜਨਤਾ ਦਲ ਉਹਨਾਂ ਦੀ ਪਾਰਟੀ ਹੈਗੀ, ਉਹੀ ਦੁਬਾਰਾ ਤੋਂ ਰੀਇਲੈਕਟ ਹੋ ਗਏ ਚੀਫ ਮਿਨਿਸਟਰ ਆਫ ਉੜੀਸਾ। ਤੇ ਉਸ ਤੋਂ ਬਾਅਦ ਸਿੱਕਿਮ ਦੇ ਵਿੱਚ ਇਲੈਕਸ਼ਨ ਹੋਏ ਨੇ, ਸਿੱਕਿਮ ਦੇ ਮਤਲਬ ਨਿਊ ਚੀਫ ਮਿਨਿਸਟਰ ਨੇਗੇ, ਉਹਨਾਂ ਦਾ ਨਾਮ ਹੈਗਾ ਜੀ ਪ੍ਰੇਮ ਸਿੰਘ ਤਮਾਂਗ, ਇਹਨਾਂ ਦੀ ਪਾਰਟੀ ਹੈਗੀ ਜੀ ਸਿੱਕਿਮ ਕ੍ਰਾਂਤੀਕਾਰੀ ਮੋਰਚਾ। ਠੀਕ ਹੈ, ਉਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਇਲੈਕਸ਼ਨ ਹੋਏ ਨੇ, ਉੱਥੋਂ ਵੀ ਉੱਥੇ ਵੀ ਜਿਹੜੇ ਪੁਰਾਣੇ ਸੀਐਮ ਸੀਗੇ ਪੇਮਾ ਖੰਡੂ ਜੀ ਬੀਜੇਪੀ ਪਾਰਟੀ ਦੇ, ਉਹੀ ਹੀ ਦੁਬਾਰਾ ਤੋਂ ਇਲੈਕਟ ਹੋਏ ਨੇਗੇ। ਠੀਕ ਹੈ, ਤੇ ਫਾਈਨਲੀ ਵੋਟਾਂ ਕਰਕੇ ਆਪਾਂ ਇਹ ਵੀ ਪੜ੍ਹ ਲਏ ਵੀ ਪੰਜਾਬ ਦਾ ਸੀਈਓ ਚੀਫ ਇਲੈਕਟੋਰਲ ਆਫਿਸਰ ਤੇ ਸਟੇਟ ਇਲੈਕਸ਼ਨ ਕਮਿਸ਼ਨ ਕੌਣ ਹੈ। ਤੇ ਦੇਖੋ ਪਹਿਲਾ ਜਿਹੜਾ ਆਪਣਾ ਚੀਫ ਇਲੈਕਟੋਰਲ ਆਫਿਸਰ ਉਹ ਪੰਜਾਬ ਹੈ, ਉਹਦਾ ਨਾਮ ਹੈਗਾ ਜੀ ਐਸ ਕਿਰਨਾ ਰਿਜੂ, ਛੋਟੇ ਪੇਪਰਾਂ 'ਚ ਪੁੱਛਿਆ ਜਾ ਸਕਦਾ ਸਵਾਲ ਇਹ। ਤੇ ਉਸ ਤੋਂ ਇਲਾਵਾ ਸਟੇਟ ਇਲੈਕਸ਼ਨ ਕਮਿਸ਼ਨਰ ਉਹ ਪੰਜਾਬ ਕੌਣ ਹੈ, ਉਹਨਾਂ ਦਾ ਨਾਮ ਹੈਗਾ ਜੀ ਜਗਪਾਲ ਸਿੰਘ ਸੰਧੂ। ਇੱਕ ਇੰਪੋਰਟੈਂਟ ਗੱਲ, ਜਿਹੜਾ ਸਟੇਟ ਜਿਹੜਾ ਹੈਗਾ ਚੀਫ ਇਲੈਕਟੋਰਲ ਆਫਿਸਰ, ਇਹਨੂੰ ਅਪੁਆਇੰਟ ਤੇ ਰਿਮੂਵ ਸਿਰਫ ਇਲੈਕਸ਼ਨ ਕਮਿਸ਼ਨਰ, ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈਗਾ ਆਪਣੇ ਸੁਨੀਲ ਅਰੋੜਾ ਜੀ, ਉਹੀ ਹੀ ਇਹਨੂੰ ਅਪੁਆਇੰਟ ਕਰਨਗੇ ਤੇ ਉਹੀ ਹੀ ਇਹਨੂੰ ਰਿਮੂਵ ਕਰਨਗੇ। ਠੀਕ ਹੈ, ਪਰ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਹੈਗਾ ਇਹਨੂੰ ਰਿਮੂਵ ਸਿੱਧਾ ਨਹੀਂ ਕਰਾਇਆ ਜਾ ਸਕਦਾ, ਇਹਨਾਂ ਦੀ ਹੋਊਗੀ ਇੰਪੀਚਮੈਂਟ, ਜਿਵੇਂ ਕਿ ਹਾਈ ਕੋਰਟ ਦੇ ਜੱਜ ਦੀ ਇੰਪੀਚਮੈਂਟ ਹੁੰਦੀ ਹੈ ਪਾਰਲੀਮੈਂਟ।
उम्मीद करदा तुहानू लैक्चर वधिया लग्गिया होऊगा। कमेंट बॉक्स के विच अपना फीडबैक भी जरूर दिओ। मिलते रहांगे आपां होर नवे नवे वीडियोज़ के नाल। धन्यवाद।